ਵੀਰੇ ਕੈਮਰੇ ਸਾਹਮਣੇ ਚੇੜਿਆ ਸ਼ੇਰੂ ਤੇ ਸੋਟੂ ਸੈਮੀ ਫਾਈਨਲ ਮੈਚ ਆ ਜੀ। ਠੀਕ ਹੈ ਲੈ ਵੀ ਇੱਧਰ ਵੀ ਮੈਚ ਸ਼ੁਰੂ ਹੋ ਗਿਆ ਮੇਰੇ ਵੀਰੇ। ਧੰਨਵਾਦ ਜੀ ਅਨਿਲ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਗੱਲ ਕੁਝ ਹੋਰ ਲੱਗਦੀ ਦੱਸੇ ਥੋੜਾ ਤਗੜਾ। ਆਹ ਲੋਕਾਂ ਨੇ ਕਹਿਣਾ ਵੀ ਚੈਨੇ ਵਾਲੀ ਆ ਹੱਸ ਗਿਆ, ਆਹ ਨਾਲੇ ਨੰਬਰ ਜਿਹਾ ਤੋੜ ਗਏ ਤੇ ਗੱਲਬਾਤ ਵੱਡੀ ਲੈ ਵੀ ਜੋਗੇ ਲੱਗੀਆਂ ਨੀ ਬਾਲਾਂ। ਦੂਜੇ ਬੰਦੇ ਵੀ ਕਹਿੰਦੇ ਜੱਸਾ ਖੜਾ ਤੇ ਕਹਿੰਦਾ ਕਹਿੰਦੇ ਟਿਕਾਣੇ ਆ ਵੱਡੇ ਵੱਡੇ ਕਹਿੰਦੇ ਖੜਾਰੀ ਅੱਜ ਕਹਿੰਦੇ ਐਨ ਭੈਣੀ ਦੇ ਵਿੱਚ ਪੁੱਜੇ ਹੋਏ। ਹੋ ਗਿਆ ਕੰਮ ਸ਼ੁਰੂ, ਹੱਲਾ ਗੱਲਾ ਹੋਊ ਹਾਲੇ ਤੇ ਹੋਇਆ ਨੀ, ਜਦੋਂ ਹੋਊ ਤੇ ਥੋੜੀਆਂ ਨੂੰ ਪਤਾ ਲੱਗਣਾ, ਹੱਲੇ ਤੇ ਹੋਇਆ ਨੀ। ਛੋਟੂ ਛੋਟੂ ਤੇ ਢਾਬਾ ਵਾਲਾ ਦੂਜੇ ਬੰਦੇ ਰੈਸਰੀ ਆ ਗੱਲਾਂ ਟਿਕਾ ਰਹੇ ਆ ਕਿ ਬਾਲ ਪਹਿਲਾਂ ਕਿਹੜਾ ਮਾਰੇਗਾ ਤੇ ਐਨਕਾਂ ਚੁੜੀ ਬੈਠੀ ਆ ਥੋੜੀਆਂ ਟਿਕ ਟਿਕੀ ਲਾਈ ਬੈਠੀ ਆ ਦੱਸਿਆ। ਉਧਰ ਮਾਰਕ ਫੈਡਰ ਵਾਲੇ ਭਰਾ ਬੈਠਿਆ ਰਾਮ ਰਾਮ ਭਾਈ ਫੈਡਰ ਰਾਣਾ ਜੀ, ਪਹਿਲੇ ਦੋ ਸਕੋਰ ਜੁੜ ਗਏ ਵੀਰੇ ਚੈਣੇਵਾਲ ਦੇ ਸੇ ਸ਼ੇਰੂ ਦੇ ਸੇ ਸੋਡੂ ਦੇ ਸੇ, ਪਹਿਲੇ ਦੋ ਸਕੋਰ ਜੁੜ ਗਏ ਵੀਰੇ ਮਾਰੇ ਦੇ 1100 ਕਰਦੇ ਮਾਰਕ ਫੈਡਰ ਵਾਲੇ ਕਹਿੰਦੇ ਆ ਵੀ ਰੈਸਰੀਆ ਰੁਪਈਆ 1100 ਲੱਗ ਗਿਆ ਹਲੇ ਤੇ ਸ਼ੁਰੂਆਤਾਂ ਰੇ। ਆਇਓ ਮੇਰਾ ਰੱਬਾ, ਪਹਿਲੇ ਦੋ ਸਕੋਰ ਜੁੜ ਗਏ ਚੈਣੇਵਾਲ ਦੇ ਸੇ ਮਾਰਕ ਫੈਡਰ ਵਾਲੇ ਕਹਿੰਦੇ ਦੇ ਦੇਣਗੇ। ਲੈ ਵੀ ਰੈਸਰੀਆ ਤਗੜਾ ਹੋਣਾ ਪੈਣਾ ਵੀ ਨਹੀਂ ਪਰ ਇੱਧਰ ਕਹਿੰਦੇ ਚਰਚੇ ਹੋਣਗੇ। ਨਾਲ ਕਹਿੰਦੇ ਮਾਜਰਲ ਦਾ ਡਿਫੈਂਸ ਵੀ ਪਰ ਅੱਜ ਕੱਲ ਨਵਾਬ ਜਿਹੜੀਆਂ ਬਾਲਾਂ ਮਾਰਦਾ ਤੇ ਕਮਾਲ ਕਰੀ ਆਉਂਦੇ ਮੁੰਡੇ ਖੇਡ ਰਹੇ ਮਰਾਨ ਖੇਤ ਆਹ ਬੱਲੇ 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 ਬਾਲ ਬੱਚੀ ਨੀ ਹਾਲੇ ਤੱਕ ਕਿਸੇ ਪਾਸੇ ਵੀ ਰੱਬੇ ਨੇ ਕਹਿੰਦੇ ਸਹਿ ਜਿਹੜਾ ਪਿੰਡ ਹੈ ਕਹਿੰਦੇ ਬੁੱਧ ਸਿੰਘ ਬਾਜਵੇ ਦਾ ਤੇ ਰਹਿੰਦਾ ਕਹਿੰਦੇ ਕੈਨੇਡਾ ਦੀ ਧਰਤੀ ਤੇ ਮੇਰੇ ਵੀਰੇ ਜੱਸੇ ਦੀ ਖੇਡ ਦੇ ਬੜਾ ਮਾਣ ਕਰਦਾ ਵੱਡਾ ਪ੍ਰਮੋਟਰ ਵੀ ਸਾਡਾ ਆਓ ਕਹਿੰਦੇ ਬਾਰ ਬਾਰ ਧੰਨਵਾਦ ਕਰਦੇ ਕਦੇ ਸਹਿਜਡੇ ਵਾਲੇ ਜੱਸੇ ਦੀਆਂ ਗੱਲਾਂ ਕਦੇ ਕਹਿੰਦੇ
ਰਾਜਪਾਲ ਸਾਹਿਬ ਦੀ ਗੱਲ ਹੋਈ ਹੈ ਮੇਰੇ ਵੀਰੋ, ਆਹ ਸਾਹਮਣੇ ਕਹਿੰਦੇ ਕਨਾਲ ਕਰਤੀ ਗਏ, ਆਹ ਬੱਲੇ 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 ਨੰਬਰ ਫਿਰ ਕੌਣ ਜੋੜਦਾ ਆਪਣੀ ਟੀਮ ਦੱਸੀ ਇਹਦੇ ਸਮੇਂ ਹੀ ਦੱਸੂਗਾ। ਵਾਕਈ ਵੀ ਕਿਹੜਾ ਖਿਡਾਰੀ ਕਮਾਲ ਕਰਦਾ ਹੈ ਇਹ ਤੇ ਸਮਾਂ ਹੀ ਦੱਸੇਗਾ। ਗੱਲਾਂ ਕਦੇ ਟਿਕਾਣੇ ਆ ਟੀਮਾਂ ਦੋਵੇਂ ਫੱਟੀਆਂ ਬਣੀਆਂ ਹੋਈਆਂ ਨੇ ਤੇ ਚਰਚੇ ਕਰਵਾਉਣੇ ਪੈਣੇ ਆ। ਝਾਪਾ ਵਾਲਾ ਜਾਂ ਫਿਰ ਕਹਿੰਦੇ ਮੇਰੇ ਵੀ ਰਾਜਸ਼ਰੀ ਆ ਜਾਂ ਸੋਢੂ ਜਾਂ ਫਿਰ ਨਵਾਬ ਵੀ ਗੱਲਾਂ ਕੌਣ ਟਿਕਾਣੇ ਲਾਵੇਗਾ, ਗੱਲ ਕੁਝ ਹੀ ਨਹੀਂ ਰਹਿਣੀ। ਫੇਰ ਕਹਿੰਦੇ ਲੱਗਿਆ ਹੋਇਆ ਖਿਡਾਰੀ ਜੱਸੀ ਜਵੰਦ ਅਗਲਾ ਆਸਟ੍ਰੇਲੀਆ ਹਿੰਮਤ ਵਾਲਿਆਂ ਦੀ ਟੀਮ ਆਓ ਮੇਰਾ ਵੀਰ ਦੋ ਨੰਬਰ ਗਰਾਊਂਡ ਦੇ ਲਾਗੇ ਆਓ ਚੜ੍ਹਦੇ ਆ ਮੇਰੇ ਵੀਰੇ। ਜੱਸੀ ਜਵੰਦ ਅਗਲਾ ਆਪਣੀ ਟੀਮ ਉਧਰੇ ਟੋਨੀਆ ਸਾਡਾ ਵੀਰ ਕਹਿੰਦੇ ਧਨੇਠਿਆਣਾ ਉਹ ਕਹਿੰਦਾ ਮਰਦਾੜੀਆ ਨੈਟ ਠੁੱਲੀ ਜਿੰਨੇ ਪੁਆਇੰਟ ਕੱਢੇਗਾ ਉਹਨੇ 200 ਦੇਣੇ। ਸਾਡਾ ਵੀਰ ਕਹਿੰਦੇ ਧਨੇਠਿਆਣਾ ਕਹਿੰਦਾ ਵੀ 200 ਰੁਪਇਆ ਮਰਦਾੜੀਆ ਨੈਟ ਮੈਨ ਦੇ ਲਈ ਵੀਰੇ ਅਨਾਉਂਸਮੈਂਟ ਕੀ ਕਰਾਉਣਾ ਉਹ ਦੱਸੋ ਵੀਰੇ ਉਹ ਪਿਛਲੇ ਦਾ ਭੁੱਲ ਜਾਂਦੇ ਆ ਕਮੈਂਟ ਬਾਈ ਆਹ ਬੱਲੇ 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 ਹੁਣ ਦੱਸੋ ਕੀ ਕਮੈਂਟ ਕਰਾਉਣਾ ਤੁਸੀਂ ਹੁਣ ਕਰੋ ਕਮੈਂਟ ਬਾਈ ਮਹਾਮਦਗੜ ਓਕੇ ਓਕੇ ਗਗਨ ਵੀਰੇ ਜੋਤੀ ਮਹਾਮਦਗੜੋਂ ਕਹਿੰਦਾ ਵੀ ਹਰ ਇੱਕ ਸਮੈਲ ਜਿਹੜੀ ਸ਼ੁਰੂ ਦੀ ਇੱਕ ਸੌ ਦੀ ਹੋ ਗਈ ਲਗੀ ਨੋਟ ਕਰ ਲੈ ਮੇਰਾ ਵੀ ਨੰਬਰ ਵਾਲਾ ਹਰ ਇੱਕ ਸਮੈਲ ਜਿਹੜੀ ਸ਼ੁਰੂ ਦੀ ਜੋਤੀ ਵੱਲੋਂ ਨਵੂ ਦਾ ਪਿੰਡ ਸਾਡੇ ਯਾਰ ਦਾ ਕਹਿੰਦੇ ਮਹਾਮਦਗੜ ਪਿੰਡ ਮੇਰੇ ਜੀ ਉਹ ਗੱਲਾਂ ਹੁੰਦੀਆਂ ਨੇ ਜਿੱਤਣਗੇ ਪਰ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਹੋਈਆਂ ਨੇ ਹਾਲੇ ਤੱਕ ਇੱਕ ਵਾਰ ਵੀ ਰੌਲਾ ਰੱਪਾ ਨੀ ਪਿਆ ਪਤਾ ਲੱਗਿਆ ਨੀ ਵੀ ਵੱਡਾ ਮੈਲ ਜਾਂਦਾ ਇੱਕ ਦੇ ਵਿੱਚ ਪਤਾ ਨੀ ਲੋਕ ਠੰਡ ਕਰਕੇ ਚੁੱਪ ਹੋ ਗਏ ਪਤਾ ਨੀ ਮੈਚ ਠੰਡਾ ਲੱਗਦਾ ਸਮਾਂ ਸੁਸਰੀ ਸਾ ਗਈ ਓਏ ਰਾਜਸ਼ਰੀਆ ਪਤਾ ਲੱਗੇ ਦੁਨੀਆਂ ਨੂੰ ਵੀ ਜੱਸਾਇਆ ਹੋਇਆ ਹੈ ਹਲੇ ਤੱਕ ਬਾਲ ਬੱਚੀ ਨੀ ਜੱਸਿਆ ਆਦੀ ਉਪਰੋਂ ਕਹਿੰਦੇ ਚੰਨ ਮੰਡੇਰਾ 11 ਦਾ ਯਾਰਾ ਭਰਾ ਸਾਡਾ ਜਾ ਵਸਿਆ ਕੈਨੇਡਾ ਦੀ ਧਰਤੀ ਤੇ ਉਹ ਕਹਿੰਦਾ ਦੇ ਮਰਦਾੜੀਆਂ ਦੇ ਮੁੰਡੇ ਜਿੱਤਦੇ ਤੇ ਲੈ ਵੀ ਜਸ਼ਨ ਤੇਰਾ ਮਾਣ 1100 ਨਾਲ ਕਰ ਦਿਆਂਗੇ ਚੰਨ ਮੰਡੇਰ ਉਹ ਕਹਿੰਦਾ ਵੀ ਜਿਹੜਾ ਸੋਹਣਾ ਸੁਰੱਖਿਆ ਟੋਬਰ ਖੇਡਦਾ ਵੱਡਾ ਕਰ ਦਾਂਗੇ ਲਾ ਵੀ ਇੱਕ ਰੀਲ ਬੜੀ ਚੱਲਦੀ ਇੱਕ ਹਰੀ ਜੱਟ ਹੈ ਮਰਦੇੜੀ ਵਾਲਾ ਉਹਦੀ ਯਾਰੀ ਕਹਿੰਦੇ ਜਸ਼ਨ ਦੇ ਨਾਲ ਬਾਹਲੀ ਪੱਕੀ ਹੈ ਮੇਰੇ ਵੀਰੇ ਗੱਲਾਂ ਕਹਿੰਦੇ ਹੁੰਦੀਆਂ ਨੇ ਲਾ ਉਹ ਸਾਹਮਣੇ ਉੱਧਰ ਗੁੱਲੀ ਪਾਲਾ ਮਾਰੀ ਤੁਰਿਆ ਆਉਂਦਾ ਜਿਹੜਾ ਜਗੀਤ ਪਟਵਾਰਾ ਕਹਿੰਦੇ ਕਾਤਰ ਵਾਲਾ ਕਹਿੰਦਾ ਜੀ ਨਵਾਬ ਬੈਸਟ ਨਿਕਲਦਾ ਇੱਕ ਸਾਰੇ ਮਾੜ ਹੋਣਗੇ ਪਰ ਹਰਪ੍ਰੀਤ ਲੇਲ ਸਾਡਾ ਭਰਾ ਕਹਿੰਦੇ ਜੰਡਾਲੀ ਵਾਲਾ ਉਹ ਵੀ ਲਾਈਵ ਜਿਹੜਾ ਬੈਠਾ 1000 ਆ ਜੀ ਕਾਤਰੋਂ ਵਾਲੇ ਵੀਰ ਵੱਲੋਂ ਸੋਰੀ 1000 ਕਹਿੰਦੇ ਨਵਾਬ ਜੇ ਬੈਸਟ ਜਾਂਦਾ ਹਰਪ੍ਰੀਤ ਲੇਲ ਉਹ ਵੀ ਲਾਈਵ ਜਿਹੜਾ ਬੈਠਾ ਕਹਿੰਦਾ ਨਜ਼ਾਰਾ ਵਧੀਆ ਪਿਆ ਇੱਥੇ ਕਹਿੰਦੇ ਮੇਲੇ ਦਾ
ਐਨ ਮਾਇਆ ਵੱਖੋ ਵੱਖਰੇ ਖਿਡਾਰੀਆਂ ਤੇ ਲੱਗ ਰਹੀ ਆ, ਜਿਹਨੇ ਜੀ ਦਾ ਦਿਲ ਜਿੱਤੇ ਆ। ਓਕੇ ਓਕੇ ਅਵਤਾਰ ਮੇਰੇ ਵੇਟ ਜੀ, ਕੱਲਾ ਟਿਕਾਣੇ ਭੱਲੇ 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 ਮਾਜਰਾ ਛੋਟੂ ਮਾਜਰਾ ਛੋਟੂ ਆਇਆ ਹੋਇਆ ਛੋਟੂ ਆਇਆ ਹੋਇਆ ਗੱਲਾਂ ਕਦੇ ਟਿਕਾਣੇ ਆ। ਲੈ ਵੀ ਮਰਦੋੜੀ ਵਾਲੇ ਜੇ ਲੀਡ ਚਾਰ ਪੰਜ ਨੰਬਰਾਂ ਤੋਂ ਉੱਤੇ ਹੋ ਗਈ ਅਵਤਾਰ ਆਪਾਂ ਕਿਹੜੀ ਕੰਟਰੀ ਚ ਅਵਤਾਰ ਵੀਰੇ ਦੱਸਿਓ ਮੜਾ ਜਾ ਅਵਤਾਰ ਬਈ ਬੜੀ ਔਖੀ ਹੋ ਜਾ ਰਹੀ ਹੈ ਗੱਲਾਂ ਕਦੇ ਟਿਕਾਣੇ ਆ। ਰਾਜਵੀਰ ਸੋਹੀ ਕਹਿੰਦੇ ਕਨੇਡਾ ਦਾ ਭਰਾ ਸਾਡਾ ਤੇ ਨਾਲ ਕਹਿੰਦੇ ਮਨਜਿੰਦਰ ਖੇਮੇ ਖੇਮ ਕਰਨ ਵਾਲਾ ਉਹ ਭਰਾ ਹੈ, ਨਾਲ ਕਹਿੰਦੇ ਮਨਵੀਰ ਤਲਵੰਡੀ ਮੱਲੀਆਂ ਦਾ ਭਰਾ ਸਾਡਾ ਕਹਿੰਦੇ ਮਾਣ ਕਰਦਾ ਕਦੇ ਵਿਲੀਅਮ ਦੀ ਖੇਡ ਦੇ ਤੇ ਕਦੇ ਇਹਨਾਂ ਬੋਲਾਂ ਦੇ, ਉਹ ਵੀ ਭਰਾ ਸਾਡਾ ਕੈਨੇਡਾ ਤੋਂ ਲਾਈਵ ਜਿਹੜਾ ਹੈ ਕਹਿੰਦੇ ਸਾਡਾ ਧੰਨਵਾਦ ਹੈ। ਉਧਰ ਸਾਡੇ ਭਰਾ ਨੇ ਕਹਿੰਦੇ ਯੂਐਸਏ ਦੇ ਅਵਤਾਰ ਬਾਈ ਕਹਿੰਦੇ ਗੁੱਲੀ ਦਾ ਹਰ ਇੱਕ ਪੁਆਇੰਟ 1100 ਦਾ ਹੋਣਾ ਹੈ, ਜਿੰਨੇ ਪੁਆਇੰਟ ਕਦੇ ਗੁੱਲੀ ਕੱਢੇਗਾ 1100 ਦੇ ਅਵਤਾਰ ਯੂਐਸਏ ਵੱਲੋਂ ਬੱਲੇ ਬੱਲੇ ਬਾਵੇ ਪਰਨੇ ਵਾਲਾ ਕਿੰਨੇ ਕਿੰਨੇ ਹੋ ਗਏ ਨੰਬਰ ਇੱਧਰ ਵੀ ਜੋਤੀ 14-5 ਵਾਹ ਜੀ ਵਾਹ ਵੱਡੀ ਲੀਡ ਬਣਾ ਕੇ ਮੁੰਡੇ ਸਕੋਰ ਕਰਦੇ ਆ ਪਤਾ ਵੀਰੇ ਕਰਦੇ ਆ ਜੀ ਜੇ ਸ਼ੁਰੂਆਤ ਹੀ ਆ ਮੈਚ ਦੀ ਵੀਰੇ ਲੱਸੀ ਜਵੰਦਾ ਕਲੱਬ ਆਸਟ੍ਰੇਲੀਆ ਹਿੰਮਤ ਨਾਲ ਟੀਮ ਆ ਰਹੇ ਤੇ ਮੇਰਾ ਵੀਰ ਲਵੀ ਇਧਰੋਂ ਯਾਰਾਂ ਦਾ ਯਾਰ ਕਹਿੰਦੇ ਜੰਡਾਲੀ ਵਾਲਾ ਹਰਪ੍ਰੀਤ ਲੇਲ ਵੀ ਕਹਿੰਦੇ ਲਾਈਵ ਜੁੜ ਗਿਆ, ਬਹੁਤ ਵੱਡਾ ਮੈਂ ਧੰਨਵਾਦ ਕਰਦਾ ਵੀਰ ਸਾਡੇ ਦਾ। ਹਰਪ੍ਰੀਤ ਲੇਲ ਵੀ ਕਹਿੰਦੇ ਲਾਈਵ ਜੁੜਾ ਬੈਠਾ ਮੇਰੇ ਵੀਰੇ ਯਾਰੀ ਹੈ ਕਹਿੰਦੇ ਪ੍ਰਦੀਪ ਚੀਮੇ ਦੇ ਨਾਲ ਜਸਵੀਰ ਚੀਮੇ ਹੋਣਾ ਦੇ ਨਾਲ ਭਰਾ ਸਾਡੇ ਦੀ ਤੇ ਹਰਪ੍ਰੀਤ ਕਹਿੰਦੇ ਲੇਲ ਵੀ ਲਾਈਵ ਜੁੜ ਗਿਆ ਆਹ ਕਹਿੰਦੇ ਕਮਾਲ ਹੋਈ ਜਾਂਦੀ ਆ ਤੇ ਮਾਸਟਰ ਜੀ ਕਿੰਨੇ ਕਿੰਨੇ ਹੋ ਗਏ ਨੰਬਰ ਸੈਮੀਫਾਈਨਲ ਹੈ ਬਾਈ ਸੈਮੀਫਾਈਨਲ ਹੈ ਜੀ ਸਾਰਿਆਂ ਦਾ ਪਿਆਰ ਕਰਦੇ ਵਾਲੀਬਾਲ ਦੀ ਛੋਟੂ ਆ ਜਦੋਂ ਇਹਨੇ ਮੋਟਰਸਾਈਕਲ ਜਿੱਤਿਆ ਸੀ ਨਾ ਬਾਈ ਖੇਡ ਗਿਆ ਸੰਦੀਪ ਤੇ ਟੂਰਨਾਮੈਂਟ ਦਾ ਬੈਸਟ ਬਣ ਕੇ ਮੋਟਰਸਾਈਕਲ ਜਿੱਤ ਗਿਆ ਤਾਲ ਮੁੰਡੇ ਨੂੰ ਜੋਗਾ ਜੀ ਪਾਣੀ ਵਾਲੇ ਬਾਬਾ ਜੀ ਲਈ 500 ਭੇਜਦਾ ਦਲਵੀਰ ਮਲੋਹ ਕੈਨੇਡਾ ਵੱਲੋਂ ਦਲਵੀਰ ਵੱਲੋਂ ਕੈਨੇਡਾ ਉਹਨਾਂ ਵੱਲੋਂ 500 ਦੇ ਮਾਣ ਪਾਣੀ ਵਾਲੇ ਬਾਬਾ ਜੀ ਲਈ ਆਇਆ ਹੈ ਆਪਣੇ ਪ੍ਰਾਪਤ ਕਰ ਲੈਣ ਦਲਵੀਰ ਵੱਲੋਂ ਕੈਨੇਡਾ ਵੱਡਾ ਧੰਨ ਵਾਲਾ ਜਿਹਨਾਂ ਵੱਲੋਂ 500 ਦੇ ਮਾਣ ਪਾਣੀ ਵਾਲੇ ਬਾਬਾ ਜੀ ਲਈ ਆਏ ਹੈ ਜਿਹੜੇ ਵੀ ਭਰਾ ਕਹਿੰਦੇ ਐਨ ਮੁੱਲ ਮੋੜਦੇ ਆ ਕਹਿੰਦੇ
ਮੇਰੇ ਤਾਂ ਵੱਡਾ ਧੰਨਵਾਦ ਹੈ ਕਿੰਨੇ ਦੇਸ਼ ਵਾਲੇ ਵੀਰਾਂ ਦਾ। ਓਕੇ ਓਕੇ ਜੀ ਦਲਵੀਰ ਜੀ, ਝੋਟੀ ਦਾ ਬੱਲੇ 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 ਓਏ ਮਾਜਰੇ ਵਾਲਾ, ਉਧਰ ਕਵਾਟਰ ਚੱਲੀ ਜਾਂਦਾ ਪ੍ਰਦੀਪ ਧੌਰ ਮਾਜਰਾ ਤੇ ਮਰਦੇੜੀ ਪੀ ਦਾ, ਉਹਨਾਂ ਹੀ ਜੇ ਤੂੰ ਸੈਮੀ ਖੇਡੂ ਅੱਗੇ ਚੀਤੇ ਨਾਲ ਸਣੀ ਡੁੱਲੀ ਜਾਣਾ ਹਿੰਮਤ ਵਾਲੇ ਨਾ ਬਈ। ਬਿਹਾਰ ਲੁੱਟਦੇ ਇਹ ਅੱਗਨੇ ਮਾਜਰੇ ਵਾਲਾ ਛੱਡੂ ਤੁਹਾਡੇ ਸਾਹਮਣੇ ਕਿੰਨੇ ਟੌਪ ਦੀਆਂ ਬਾਲਾਂ ਮਾਰੀ ਤੁਰੇ ਆਉਂਦਾ ਅੱਜ ਖੇਡਦੇ ਇਮਰਾਨ ਅੰਦਰ, ਪਰ ਹਾਲੇ ਤੱਕ ਜੱਸੇ ਨੇ ਕੋਈ ਵੀ ਧੱਫੜ ਨਹੀਂ ਪਾਇਆ। ਜਿਵੇਂ ਸੋਨੇ ਆਖੜਾ ਜੱਸਿਆ ਦਿਖਾਓ ਨੌਜਵਾਨਾਂ ਢਾਪਾਲਾ ਬੱਲੇ 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 ਬਾਰੇ ਨਵਾਬ ਚਰਤਿਆ ਸਾਰਾ ਗਰਾਊਂਡ ਹੀ ਭੱਜ ਭੱਜ ਕੇ ਕਵਰ ਕਰਦਾ। ਜੇ ਕਿਤੇ ਮੁੰਡੇ ਨੇ ਮੀਟਰ ਲਾ ਦੀਏ ਨਾ, ਮੈਨੂੰ ਲੱਗਦਾ ਵੀ 20 ਕਿਲੋਮੀਟਰ ਦੇ ਉੱਤੇ ਪੈਂਡਾ ਇੱਕੋ ਸੱਟ ਚਿੱਟਾ ਕਰ ਦਿੰਦਾ ਇਹ ਹਿੱਲ ਹਿੱਲ ਕੇ ਚਰਦਿਆਂ ਕਿਵੇਂ ਫੁੱਟਬਾਲ ਵਾਲੇ ਨੂੰ ਮਾਤਾ ਪਾਉਂਦਾ। ਹਾਂਜੀ ਹਾਂਜੀ ਇਹ ਵੀ ਸੈਮੀ ਆ ਪ੍ਰਦੀਪ ਰੇ, ਵਾਹ ਵਾਹ ਉਧਰ ਹਰਪ੍ਰੀਤ ਲੇਲ ਆ ਸਾਡਾ ਭਰਾ ਕਹਿੰਦੇ ਜਡਾਲੀ ਵਾਲਾ ਨਾਲ ਬਾਈ ਕਿਤੇ ਮੇਰੇ ਵੀਰੇ ਪਾਵਰ ਆਈ ਵਾਲੇ ਕਹਿੰਦੇ ਚੀਮੇ ਹੋਣੀ ਤੇ ਚਰਚਿਆਂ ਕਿਤੇ ਧਲੇਰ ਵਾਲੇ ਨੰਬਰ ਰਮਾਨ ਸਰਮਾਇਣ 31 ਤਰੀਕ ਨੂੰ ਮਹਾਂਦਪੁਰ ਦੇ ਕੱਪ ਤੇ ਪੂਰੇ 31 ਸਾਲ ਨਾਲ ਕਰ ਦੇਣਾ ਕਿਤੇ 31 ਤਰੀਕ ਨੂੰ 31 ਕਹਿੰਦੇ ਆ ਰਾਇਸਰ ਵਾਲੀ ਮੇਰੇ ਮਿੱਤਰੋ, ਜੇ ਕਿਤੇ ਗੋਰੇ ਤਾਗਣ ਤੇ ਆ ਗਈ ਨਾ ਤੋਪ ਦਾ ਮੂੰਹ ਬੰਦ ਕਰਨਾ ਬਹੁਤ ਔਖਾ। ਮੁੰਡੇ ਦੇ ਗਰਾਊਂਡ ਕੀ ਆ ਜੀ, ਹਿੰਮਦਾਣੇ ਦੀ ਟੀਮ ਆਓ ਜੀ ਗਰਾਊਂਡ ਚ, ਲੈ ਵੀ ਕਰਦੇ ਆਓ ਜਲਦੀ ਦੇ ਨਾਲ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਤੋਂ ਰਿਪੋਰਟ ਕਰ ਲੈਣ। ਹਿੰਮਤਾਣੇ ਵਾਲੇ ਹਿੰਮਤ ਕਰਕੇ ਪੁਆਇੰਟ ਕੀ ਹੋਵੇ ਜੀ, ਬਾਟਰ ਜੀ ਕੀ ਸਕੋਰ ਆ ਜੀ? 3-4 ਪੂਰਾ ਕਦੇ ਫਸਿਆ ਹੋਇਆ ਹਲੇ ਤੱਕ ਕਦੇ ਚੱਲਦੇ ਵਿੱਚ ਹਿੰਮਤਾਰੇ ਵਾਲੇ ਹਿੰਮਤ ਕਰਕੇ ਆ ਗਏ ਨੰਬਰ ਗਰਾਊਂਡ ਦੇ ਅੰਦਰ ਹੈ। ਹਰਪ੍ਰੀਤ ਲੇਲ ਆ ਨਾਲ ਕਦੇ ਚੀਮੇ ਹੋਣੀ ਨੇ ਬਾਵਰ ਹਾਈ ਵਾਲੇ, ਜਿਹੜੇ ਕਹਿੰਦੇ ਆ ਵੀ ਢਲੇਰ ਵਾਲੇ ਲੰਬੜਦਾਰ ਦਾ 31 ਤਰੀਕ ਨੂੰ 3100 ਦੇ ਨਾਲ ਸਨਮਾਨ ਬਾਂਦਪੁਰ ਦੇ ਮੇਲੇ ਤੇ ਕਰਨਾ ਹੈ। ਖੇਡਦੇ ਮਨਾਨ ਨਾਲ ਜਿਹੜੀਏ ਤੇ ਨਾਚ ਕਦੇ ਚੋਟੀ ਦਾ ਲਵੀ ਰਾਏ ਸਰਿਆ 2-4 ਗੋਲੇ ਭਾਗ ਤੇ ਕਰਦੇ ਅਕਸ਼ਰ ਤੇ ਵੱਡੇ ਮਾਰ ਤਾੜ ਤੇਰੇ ਕਰ ਦੇਣਗੇ ਚੇੜੇ ਵਾਲੀਆ ਪਰਮਾ 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 ਭਾਵ ਜਾਂਦਾ ਐਨ ਚਰਚੇ 4-3 ਤੇ ਗੱਲਾਂ ਕਦੇ ਟਿਕਾਣੇ ਆ ਬੰਦਾ ਛੋਟੂ ਕਹਿੰਦੇ ਫੇਰ ਮਾਜਰੇ ਵਾਲਾ ਕਿਤੇ ਸਰਵਿਸ ਕਰ ਗਿਆ। ਖੇਡਦੇ ਮੈਦਾਨ ਅੰਦਰ ਚਿਹਰੇ ਵਾਲੀਏ ਬੰਦੇ ਵੀ ਅੱਜ ਫਿੱਟੇ ਫਿਰਦੇ ਆ ਇਹ ਭੱਲੇ 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 ਹੋਈ ਪਈ ਆ ਅੱਜ ਕਹਿੰਦੇ ਭੈਣੀ ਦੇ ਵਿੱਚ ਨੌਜਵਾਨਾਂ ਕੱਲਾ ਲਾਵੇ ਟਿਕਾਣੇ ਇਹ ਭੱਲੇ 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 ਨੰਬਰ 5-3 ਟੱਪਾ ਪਿਆ ਤੇ ਮਿੱਟੀ ਉੱਤੀ ਤੋਂ ਪਤਾ ਲੱਗਿਆ ਢਾਬਾ ਆਇਆ ਤੇ ਨੰਬਰ ਕਹਿੰਦੇ 5 ਹੋ ਗਏ
ਹੋ ਨੰਬਰ ਕਹਿੰਦੇ ਪੰਜ ਹੋ ਖੇਡ ਕਹਿੰਦੇ ਇਮਰਾਨ ਅੰਦਰ ਵਾਹੇ ਨੌਜਵਾਨ ਰਹੀਆਂ ਕਹਿੰਦੇ ਵੱਡੀਆਂ ਕਰਦੇ ਸਾਰੇ ਖਿਡਾਰੀਆਂ ਦਾ ਜ਼ੋਰ ਲੱਗਿਆ ਹੋਇਆ ਵਾਕਈ ਜ਼ੋਰ ਕਹਿੰਦੇ ਲੱਗਿਆ ਹੋਇਆ ਬੇਨਤੀ ਹੈ ਬਾਈ ਹਿੰਮਤਾਣਾ ਜਲਦੀ ਦੇ ਨਾਲ ਆ ਜਾਓ ਹਿੰਮਤਾਣੇ ਦੀ ਟੀਮ ਦੂਜਾ ਸੈਮੀ ਖੇਡਣ ਲਈ ਇੱਧਰ ਬਾਲ ਹੈ ਬਾਬੇ ਨੇ ਸੱਚੀ ਬੋਲੀ ਬੋਲੀ ਹੈ ਲਵੀ ਦੱਸੀ ਜੋ ਗਿਆ ਨੰਬਰ ਇੱਕ ਵਾਰੀ ਕਿੰਨੇ ਕਿੰਨੇ ਹੋ ਗਏ ਹੈ ਤਿੰਨ ਪੰਜ ਆ ਜੀ ਤਿੰਨ ਪੰਜ ਦੇ ਨਾਲ ਆਹ ਗੱਲਾਂ ਕਹਿੰਦੇ ਤਿੰਨ ਪੰਜ ਦੀਆਂ ਹੋ ਗਈਆਂ ਜੋਗੇ ਵੀ ਮੈਂ ਹਰਿਆਣੇ ਕਾ ਛੋੜਾ ਪਿਆਰ ਕੀ ਹਾਮੀ ਭਰ ਲੂੰਗਾ ਤਾਂ ਉਹ ਤੀਨ ਪੰਜ ਮਤ ਕਰੀਓ ਗੋਡੇ ਨੀਚੇ ਦਰ ਲੂੰਗਾ ਬਾਈ ਇਹ ਕਮਾਲ ਕਰਤੀ ਵੀਰੇ ਹਿੰਮਤਾਂ ਦੀ ਟੀਮ ਗਰਾਊਂਡ ਦੇ ਵਿੱਚ ਨਹੀਂ ਆ ਰਹੀ ਵੀਰੇ ਧੌਲ ਮਾਰਿਆ ਨੇ ਮੁੰਡੇ ਮੈਲ ਖੇਡ ਕੇ ਵੀ ਗਰਾਊਂਡ ਦੇ ਵਿੱਚ ਨੇ ਗੇ ਕਰਨ ਕਾਢੀ ਏਦਾਂ ਵੀ ਖੜਕੇ ਦੀ ਗੱਲ ਮਾਨੀ ਉੱਥੇ ਗਰਾਊਂਡ ਜੀ ਖੜੇ ਮੇਰਾ ਵੀਰ ਬਾਈ ਸੱਤੇ ਆ ਜਾਓ ਮੁੰਡੇ ਆ ਗਏ ਮੇਰਾ ਵੀਰ ਆਓ ਜੀ ਆਓ ਕਿਰਾ ਆਓ ਜੀ ਰਹਿੰਦੇ ਖਿਡਾਰੀ ਹਿੰਮਤਾਣੇ ਦੀ ਟੀਮ ਤੇ ਜਲਦੀ ਦੇ ਨਾਲ ਆ ਜਾਓ ਕਿਰਪਾ ਕਰਕੇ ਓ ਵਾਓ ਦੀਵਾ ਗੱਲ ਕਰਤਾ ਮੁੰਡੇ ਨੇ ਇਹ ਹੈ ਢਾਬਾ ਵਾਲਾ ਇਹ ਮੇਰੇ ਵੀਰੋ ਚਲੇ ਫਾਜ਼ਿਲਕਾ ਵਾਲਾ ਸੁਖਤ ਝੋਲਣ ਹੈ ਮੇਰੇ ਵੀਰ ਚਰਨੇ ਵੱਡੇ ਆ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਇੱਕ ਪਾਸੇ ਕੋਈ ਵੀਡੀਓ ਨਾ ਕੱਟ ਲੇ ਚਰਜੇ ਵੱਡੇ ਆ ਉਹ ਕਹਿੰਦੇ ਕਮਾਲ ਪੱਲੇ ਬਾਬਾ ਤੇਰੇ ਗੱਲਾਂ ਕਹਿੰਦੇ ਟਿਕਾਣੇ ਨੇ ਨੰਬਰ ਹੁਣ ਕੌਣ ਜੋੜੂਗਾ ਆਪਣੀ ਟੀਮ ਲਈ ਲੈ ਵੀ ਤਿੰਨ ਪੰਜ ਹੈ ਜੀ ਛੋਟੂ ਕਮਾਲ ਕਰੀ ਜਾਂਦਾ ਜਿੱਥੇ ਬਾਥਰੇ ਵਾਲਾ ਚਿੱਤਰ ਵੇਖ ਛੋਟੂ ਛੋਟੀ ਦੱਸਿਆ ਜਿਹੜੀ ਬਣ ਗਈ ਜੇ ਸ਼ੇਰੂ ਤੇ ਨਾ ਲੱਗੀ ਲੋਕਾਂ ਨੇ ਕਹਿਣਾ ਉਹਦੇ ਤਕੜੀ ਬਾਲ ਲਾ ਗਿਆ ਹਿੰਮਤਾਣ ਦੀ ਟੀਮ ਨੀ ਆਉਂਦੀ ਅਸ ਕੀ ਕਰੀਏ ਮੇਰਾ ਵੀ ਹੁਣ ਕੱਟ ਦੋ ਜੀ ਤਿੰਨ ਪੁਆਇੰਟਾਂ ਦੀ ਪਲੰਟੀ ਲੱਗਦੀ ਹੈ ਪਿੰਡੇ ਕਹਿੰਦੇ ਨਹੀਂ ਆਉਂਦੇ ਇੱਕ ਮਿੰਟ ਚ ਕਰ ਇੰਨੀਆਂ ਵਾਜਾਂ ਕਦੇ ਮਰਵਾਈਆਂ ਨੀ ਸੋਹਣੇ ਵੀਰ ਅੱਜ ਪਿੰਡ ਦੇ ਨੇੜੇ ਕਾਪਾ ਮਿਲਦਾ ਤਾਂ ਕਰਕੇ ਵਾਜਾਂ ਮਰਵਾਈਆਂ ਨੇ ਸੌਂ ਗਿਆ ਸੀ ਕਰਨ ਦਾ ਵਿਸੂਰ ਨੀ ਹੁਣ ਨੀ ਸੌਂਦਾ ਹੁਣ ਤੇ ਚਾਈ ਵਾਲਾ ਅਪ੍ਰੈਲ ਲਵੀ ਮੇਲਾ ਵੀ ਅਪ੍ਰੈਲ ਚੜ੍ਹਨ ਵਾਲਾ ਗੱਲਾਂ ਕਹਿੰਦੇ ਟਿਕਾਣੇ ਨੇ ਲਵੀ ਕਾਟੀ ਮੇਰੇ ਤੇ ਇੱਕ ਮੁੰਡੇ ਨੇ ਕਬੀਲਦਾਰ ਹੋ ਜਾਣਾ ਫਿਰ ਤੇ ਗਾਹ ਨਹੀਂ ਸੀ ਸੋਹਣੇ ਵੀਰ ਸੈਂਟਰ ਦਾ ਬੰਦਾ ਤੁਸੀਂ ਲੱਭ ਕੇ ਰੱਖੋ ਚਰਜੇ ਵੱਡੇ ਆ ਲੈ ਵੀ ਆਓ ਜੀ ਰਹਿੰਦੇ ਖਿਡਾਰੀ ਮੇਰਾ ਵੀਰ
ਲਵੀ ਆਓ ਜੀ ਮੇਰਾ ਵੀਰ ਧੌਲ ਮਾਏ ਵਾਲੇ ਮੁੰਡੇ ਜੀ ਤਰਨ ਆ ਸੁਣ ਵੀਰ ਗੁਰੀ ਆਓ ਮੇਰਾ ਵੀਰ ਗਰਾਊਂਡ ਚ ਜੋਤੀ ਕਰਾ ਮੈਚ ਸ਼ੁਰੂ ਮੇਰਾ ਵੀਰ ਇੱਧਰ ਵੀ ਲਓ ਕਰਾਰੀਏ ਜੀ ਮੈਚ ਸ਼ੁਰੂ ਕਰਾ ਇੱਧਰ ਮੈਚ ਬੱਲੇ 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 ਆਓ ਜੀ ਧੌਲ ਮਾਏ ਵਾਲੇ ਰਹਿੰਦੇ ਖਿਡਾਰੀ ਆ ਜਾਓ ਜਲਦੀ ਸੁਪਰਾ ਵੀ ਆ ਗਿਆ ਟਿੱਬੇ ਵਾਲਾ ਅੱਜ ਕੱਲ ਮੁੰਡੇ ਦਾ ਟਾਈਮ ਸਮਾਂ ਚੱਲਦਾ ਪੀਕ ਤੇ ਚੱਲਦਾ ਕਹਿੰਦੇ ਪੂਰਾ ਫਿੱਟ ਹੈ ਪਰ ਇੱਧਰ ਵੀ ਮੈਚ ਕਹਿੰਦੇ ਬਹੁਤ ਤਕੜਾ ਖੇਡਿਆ ਜਾ ਰਿਹਾ ਸੈਬੀ ਹੈ ਮੈਂ ਸੋਬੇ ਸੈਬੀ ਖੜਕੇ ਲੱਗੇ ਨਾ ਤਾਂ ਫਿਰ ਦੁੱਖ ਹੁੰਦਾ ਏ ਸੌਣ ਦੀ ਮਸੂਰੀ ਹੋਵੇ ਪੂਰੇ ਇਲਾਕੇ ਫਿਰ ਦੁੱਖ ਹੁੰਦਾ ਏ ਸੌਣ ਵੀ ਬੜੀ ਸੋਹਣੀ ਹੈ ਗਰਾਊਂਡ ਵੀ ਕਹਿੰਦੇ ਬੜੀ ਸੋਹਣੀ ਹੈ ਤੇ ਖਿਡਾਰੀ ਵੀ ਕਹਿੰਦੇ ਟੌਪ ਦੀ ਖੇਡ ਰਹੀ ਹੈ ਬਹੁਤ ਸੋਹਣਾ ਮੁਕਾਬਲਾ ਹੈ ਝੰਡੇ ਵੀ ਕਹਿੰਦੇ ਬੜੀ ਤੇਜ਼ੀ ਦੇ ਨਾਲ ਝੂਲ ਰਹੇ ਹੈ ਬੜਾ ਸਹੀ ਕਿੰਨੇ ਗੱਲਾਂ ਟਿਕਾਣੇ ਉੱਧਰ ਗੁਰਪ੍ਰੀਤ ਸਾਡਾ ਵੀਰ ਆ ਕਹਿੰਦੇ ਆਸਟ੍ਰੇਲੀਆ ਤੋਂ ਸੰਗਾਲੀ ਵਾਲਾ ਜਿਹੜੇ ਭਰਾੜੇ ਅੱਜ ਦੇ ਵੇਲੇ ਦਾ ਕਹਿੰਦੇ ਪਹਿਲਾ ਉਹ ਵੀ ਲਾਈਵ ਜਿਹੜਾ ਬੈਠਾ ਪਰ ਛੋਟੂ ਤੇ ਆ ਤੇ ਪੱਟੀਆਂ ਗੱਲਾਂ ਟਿਕਾਣੇ ਲਾਈ ਤੁਰਿਆ ਆਉਂਦਾ ਕਰਕੇ ਕਹਿੰਦੇ ਵੱਡੇ ਆ ਛੋਟੂ ਕਰਦੇ ਹੋਏ ਐਕਸ਼ਨ ਮਾਇਆ ਲੱਗ ਜਾਣੀ ਆ ਹਾਏ ਬਜ਼ਾਰਾ ਮੈਂ ਐਕਸ਼ਨ ਨਹੀਂ ਕਰਦਾ ਐਕਸ਼ਨ ਦੇ ਨੂੰ ਪਤਾ ਫਿਰ ਮਹਿੰਗੇ ਪੈ ਜਾਂਦੇ ਆ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਲੈ ਵੀ ਮੈਨੂੰ ਆਪ ਲੱਗਦਾ ਛੋਟੂ ਵੀ ਸ਼ਾਸਤਰੀ ਜੀ ਵੀ ਲਾਈਵ ਤੇ ਆ ਗਏ ਮੈਨੂੰ ਲੱਗਦਾ ਤੇ ਸੁਧੀਰ ਕਹਿੰਦੇ ਮਾਰ ਕਰਦਾ ਛੋਟੂ ਦੀ ਖੇਡ ਤੇ ਆਹ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਵੀਰ ਬਾਈ ਜੀ ਹੁਣ ਆ ਦੋ ਦੀ ਮੇਰਾ ਵੀਰ ਧੌਲ ਮਾਰ ਦੀ ਟੀਮ ਦੇ ਰਹਿੰਦੇ ਖਿਡਾਰੀ ਜੀ ਹੁਣ ਹਿੰਮਤਾਂ ਵਾਲੇ ਮੁੰਡੇ ਆ ਗਏ ਮੇਰੇ ਵੀਰ ਗੋਵਿੰਦਗੜੀਆ ਪਿੰਡਾਂ ਇਹ ਦੋਵੇਂ ਖਿਡਾਰੀਆਂ ਨੂੰ ਕਹਿੰਦੇ ਸਪੋਂਸਰ ਕਰਦਾ ਜੱਗਾ ਤੇ ਪਿੰਡਾਂ ਗੋਵਿੰਦਗੜ ਬਾਈ ਸੁਖਵੀਰ ਠੁੱਲੀਆਲ ਜੀ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਆਏ ਹੋਏ ਮੇਰੇ ਵੀਰ ਬਾਈ ਸੁਖਵੀਰ ਲੱਗਿਆ ਹੋਇਆ ਹੋਈ ਧੂਰ ਤੇ ਕਿੰਨਾ ਟਿਕਾ ਰਹੇ ਛੋਟੂ ਲੋਟ ਰਹੀ ਹੈ ਗਲਤੀ ਵੱਡੀ ਕੀ ਪੁਆਇੰਟ ਹੋ ਗਏ ਸੱਤ ਪੰਜ ਪੁਆਇੰਟ ਹੋ ਗਏ ਜੀ ਸੱਤ ਸਿਰੂ ਪੰਜ ਦੱਸਾਂ ਲੈ ਵੀ ਐਕਸ਼ਨ ਕਰਦੇ ਛੋਟੂ ਮਾਇਆ ਲੱਗ ਜਾਣੀਆਂ 2100 ਦਿੱਤਾ ਜਾਣਾ ਛੋਟੂ ਦੇ ਐਕਸ਼ਨ ਤੇ ਭਰਾ ਬੈਠਿਆ ਚਰਚਿਆ ਭਾਵੇਂ ਦੱਸਾਂ ਕਰਦੇ ਭਾਵੇਂ ਢਾਬਾਲਾ ਕਰਦੇ ਸੈਮੀ ਫਾਈਨਲ ਮੈਚ ਆ ਗੁਰਪ੍ਰੀਤ ਵੀਰੇ ਅਮਰੀਕ ਮੇਰਾ ਵੀਰ ਇੱਕ ਵਾਰੀ ਦੋ ਨੰਬਰ ਗਰਾਊਂਡ ਜਾ ਕੇ ਮਿਲੇ ਮੇਰਾ ਵੀਰ ਜਾਂ ਅਮਰੀਕ ਜਾ ਉਹਦਾ ਕੋਈ ਸਾਥੀ ਲੈ ਵੀ ਅਮਰੀਕ ਇੱਕ ਬੰਦਾ ਮਿਲੇ ਮੇਰਾ ਵੀਰ ਆ ਕੇ ਦੋ ਨੰਬਰ ਗਰਾਊਂਡ ਤੇ ਲੈ ਵੀ ਗਾਂਧੀ ਆ ਜਾ ਕਿਲੇ ਬਟੂਏ ਵਾਲਾ ਅਮਰੀਕ ਤੇ ਸੁੱਤਾ ਪਿਆ ਮਾਸੀ ਦਾ ਮੁੰਡਾ ਵੀ ਆਇਆ ਹੋਇਆ ਜਿਹਨੇ ਅੱਜ ਕਹਿੰਦੇ ਜਗਮਗ ਜਗਮਗ ਕਰਾਈ ਪਈ ਆ ਲੈਣ ਦੇ ਵੱਡੇ ਯੋਗਦਾਨ ਹਾਂ ਮਿੱਠੇ ਦੀ ਮਾਸੀ ਦੇ ਮੁੰਡੇ ਦਾ ਵੀ ਧੰਨਵਾਦ ਆ ਗੱਲਾਂ ਕਹਿੰਦੇ ਟਿਕਾੜੇ ਆ ਆਓ ਬੱਲੇ 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 ਹੋਈ ਪਈ ਹੈ ਖੇਡਦੇ ਕਹਿੰਦੇ ਇਮਰਾਨ ਦੇ ਅੰਦਰ
ਮੁੰਡੇ ਕਦੇ ਕਮਾਲ ਕਰੀ ਜਾਂਦੇ ਆ ਚੈਨੇ ਵਾਲੀਏ ਮੁੰਡੇ ਆ ਕਦੇ ਕਮਾਲ ਕਰੀ ਜਾਂਦੇ ਆ ਤੇ ਚੈਨੇ ਵਾਲੀਏ ਕੱਲਾ ਕਦੇ ਟਕਾਵੇ ਆ ਫੋੜ ਦੇ ਬਰਾਣ ਉੱਪਰ ਉਧਰ ਲੇਲ ਕਹਿੰਦੇ ਜੰਡਾਲੀ ਵਾਲਾ ਇੱਥੇ ਮੇਲੇ ਨਾਲ ਲਾਈਵ ਜਿਹੜਾ ਬੈਠਾ ਗਗਨ ਬਲ ਹਲਵਾਰਾ ਸਾਡਾ ਭਰਾ ਕਹਿੰਦਾ ਵੀ ਰਾਜ ਸਰ ਦਾ ਜੱਸਾ ਜੇ ਮੈਚ ਜਿਤਾਉਂਦਾ ਤੇ 5100 ਦੇਣੇ ਆ ਗਏ ਆਪਾਂ ਗਗਨ ਬਲ ਹਲਵਾਰੇ ਵਾਲਾ ਉਹ ਭਰਾ ਵੱਲੋਂ ਕਿਤੇ 5100 ਜੇ ਰਾਜ ਸਰ ਗਿਆ ਮੈਚ ਜਿਤਾਉਂਦਾ ਪਰ ਚੇਨੇ ਵਾਲੀ ਆ ਮੁੰਡੇ ਕਦੇ ਚੈਨੇ ਵਾਲੀ ਲੈ ਵੀ ਰਾਜ ਸਰ ਗਿਆ ਮੁੰਡੇ ਡਬਲ ਕਰੀ ਆਉਂਦੇ ਆ ਲਾ ਵੀ ਸਰਵਿਸ ਕੀ ਗੁਰੀ ਕਰੋ ਮੇਰਾ ਵੀ ਸਰਵਿਸ ਕਰੋ ਜੀ ਲੈ ਵੀ ਕਰਨ ਫੜਾਓ ਮੇਰਾ ਵੀਰ ਬਾਲ ਇੱਧਰ ਲੈ ਵੀ ਇੱਧਰ ਵੀ ਸਾਈਡਾਂ ਤੇ ਇੰਨੇ ਸੋਹਣੇ ਵੀਰ ਹਾਂ ਸੁਖਦੀਪ ਆਇਆ ਹੋਇਆ ਚੈਨੇ ਵਾਲੀ ਹੈ ਲੈ ਵੀ ਕਹਿੰਦੇ ਲਾਗੇ ਲੰਘਿਆ ਕੋਈ ਵੀਰ ਲੈ ਵੀ ਪਰਮੋ ਕਹਿੰਦਾ ਵੀ ਚੈਨੇ ਵਾਲੀ ਸੈਕਟਰੀ ਆਇਆ ਹੋਇਆ ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਬਾਬਾ ਹੀ ਜਾਣਦਾ ਵੀ ਸੈਕਟਰੀ ਕੌਣ ਹੈ ਲੈ ਵੀ ਬਾਬਾ ਸੈਕਟਰੀ ਵੀ ਆਇਆ ਲੈ ਵੀ ਸੁਖਦੀਪ ਨੰਬਰ ਕਿੰਨੇ ਹੋ ਗਏ ਸਣ ਵੀਰ 11 ਹੋ ਗਏ ਬਾਈ ਜੀ 11-5 ਆ 11 ਕਹਿੰਦੇ 5 ਬੱਲੇ 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 ਮੁੰਡੇ ਚੈਨੇ ਵਾਲੀਏ ਗਰਦ ਗੱਡੀ ਹੋ ਗਏ ਲੈ ਵੀ ਰਾਜਸਥਾਨ ਵਾਲੇ ਆ ਹਰੇ ਦੇ ਹਲਵਾਰੇ ਵਾਲਾ ਬੱਲ ਕਹਿੰਦਾ ਵੀ 5100 ਦੇ ਦੂ ਜੀ ਇੱਥੋਂ ਮੈਚ ਜਿਤਾ ਦੇਵੇ ਧੰਨਵਾਦ ਭੂਰੇ ਆਪਣੇ ਵਾਲੇ ਸਾਹਮਣੇ ਅਹਿੜ ਕਹਿੰਦਾ ਚਰਦੇ ਆ ਗੱਲਾਂ ਕਿਤੇ ਟਕਾਰੇ ਆ ਬੱਲੇ ਬੱਲੇ ਹੋਈ ਪਈ ਆ ਮੈਚ ਕਿਤੇ ਚੋਟੀ ਦਾ ਮੁੰਡੇ ਚੈਨੇ ਵਾਲੀਏ ਹੱਥੋਂ ਪੰਦ ਕਰੀ ਜਾਂਦੇ ਆ ਇੱਕ ਪੁਆਇੰਟ ਲੈ ਬਈ ਸਨੀ ਕਰ ਲਈਏ ਬਈ ਮੈਚ ਸ਼ੁਰੂ ਕਰੋ ਜੀ ਮੇਰਾ ਵੀਰ ਸਰਵਿਸ ਕਰੋ ਮੇਰਾ ਵੀਰ ਅਮਨ ਜੋਤੀ
ਲੈ ਵੀ ਜੱਸਾ ਆ ਗਿਆ ਹੁਣ ਸੈਂਟਰ ਦੇ ਵਿੱਚ ਚਿੱਤ ਹਾਰ ਜੱਸੇ ਰਹੇਗੀ ਇੱਕ ਪਾਸੇ ਆ ਗਿਆ ਸੈਂਟਰ ਚ ਗਗਨ ਕਿਹੜਾ ਕੁਝ ਲੋਕ ਚਾਹੁੰਦੇ ਪੈਸੇ ਆ 1100 ਕੋ ਜਿੱਤਣ ਤੇ ਆਓ ਦੱਸ ਦਿਓ ਗਗਨ ਵੀਰੇ ਸੈਂਟਰ ਚ ਆ ਗਿਆ ਜੱਸਾ ਮੈਂ ਜਿੱਤਣ ਤੇ ਆ ਕੇ ਪੈਸੇ ਹੀ ਦੇਣਾ ਉਹ ਦੱਸ ਦਿਓ ਵੀਰੇ ਗਗਨ ਬੱਲ ਜੀ ਆ ਗਈ ਤੋਪ ਸੈਂਟਰ ਚ ਥੋੜੀਆਂ ਗਲਦੀਆਂ ਵੀ ਤੋਪ ਸਿੱਟੇ ਗੋਲੇ ਥੋੜੀਆਂ ਮੰਗ ਕਰਦੀ ਏ ਚੀਤਾ ਤੇ ਕਹਿੰਦੇ ਸਮਾਨਪੁਰ ਵਾਲੇ ਸੱਤੇ ਦੀ ਟੱਕਰ ਕਹਿੰਦੇ ਵੱਡੀ ਟੱਕਰ ਹੈ ਲਵਪ੍ਰੀਤ ਜੋਗੀ ਮਾਜਰਾ ਕੈਨੇਡਾ ਬਹੁਤ ਧੰਨਵਾਦ ਸਟਾਰ ਭੇਜਣ ਵਾਸਤੇ ਵੀਰੇ ਕਿੰਨੇ ਪੁਆਇੰਟ ਹੋ ਗਏ ਜੀ 14-5 ਨਾਲ ਲੀਡ ਜੜ ਗਈ ਸ਼ੇਰੂ ਦੀ 14-5 ਨਾਲ ਵੀਰੇ ਚੈਣੇ ਵਾਲੀ ਲੀਡ ਕਹਿੰਦੇ ਫਰਕ ਪੈ ਜਿੰਨੇ ਇੱਕ ਪਾਸੇ 14 ਨੰਬਰ ਛੋਟੂ ਵਰਗੇ ਦੀ ਸ਼ੇਰੂ ਵਰਗੇ ਦੀ ਲੀਡ ਜੀ 5 ਨੰਬਰ ਤੇ ਮਰਦਾ ਹੀੜੀ ਵਾਲਾ ਦੇ ਇੱਕ ਬੜ ਸਾਈਡ ਮੈਚ ਕਰ ਦਿੱਤਾ ਹੈ ਅਮਨ ਧਾਲੀਆ ਜੀ 14-5 ਨਾਲ ਲੀਡ ਹੈ ਸ਼ੇਰੂ ਛੋਟੂ ਚੈਣੇ ਵਾਲੀ ਦੀ ਹਿੰਮਤ ਵਾਲੇ ਦੀ ਟੀਮ ਲਈ ਜੁੜ ਗਈ ਹੈ ਚੀਤਾ ਖੇਡ ਰਿਹਾ ਨਾਲ ਸਨੀ ਠੋਲੀ ਵਾਲੀ ਆ ਇੱਧਰ ਸਬਰਾ ਤੇ ਸਤਨਾਮ ਸੱਤਾ ਕਹਿੰਦੇ ਤੂਫਾਨ ਕਹਿੰਦੀ ਦੁਨੀਆ ਬਹੁਤ ਤਕੜਾ ਮੈਚ ਇੱਧਰ ਵੀ ਸੈਬੀ ਤੇ ਉੱਧਰ ਵੀ ਸੈਬੀ ਸਿਰੇ ਦੀ ਟੱਕਰ ਅੱਜ ਭੈੜੀ ਕਲਾਂ ਦੇ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਬਹੁਤ ਸੋਹਣਾ ਮੁਕਾਬਲਾ ਉਹ ਟੱਬੇ ਵਾਲਾ ਸਫਰਾ ਕਮਾਲ ਕਰ ਗਿਆ ਬੱਗੀ ਤਿੱਤਲੀ ਕਮਾਦੋ ਨਿਕਲੀ ਹੁਣ ਤੈਨੂੰ ਬਾਜ ਪੈ ਗਿਆ ਬਾਜ ਵਰਗੀ ਝੱਟ ਹੈ ਮੁੰਡੇ ਦੀ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹਲੇ ਤੇ ਬਰਾਬਰੀ ਜੀ ਦੇ ਹੈ ਮੈਚ ਜਦੋਂ ਅੱਧਾ ਕੁ ਸਮਾਂ ਹੋਇਆ ਤੇ ਗੱਲਾਂ ਕਹਿੰਦੇ ਫਿਰ ਟਿਕਾਣੇ ਲੱਗਣਗੀਆਂ ਉਹ ਗੱਲਾਂ ਕਹਿੰਦੇ ਟਿਕਾਣੇ ਉੱਧਰ ਤਰਸੇਮ ਭੂਰੇ ਆਪਣੇ ਸਾਂਭ ਕੇ ਰੱਖੀਏ ਤੂੰ ਤੇ ਪਤਾ ਨੀ ਕਦੋਂ ਮਿਲਣੇ ਆ ਹਾਂ ਬਾਕੀ ਪਤਾ ਬਾਕੀ ਸਮਝਣ ਵਾਲੇ ਸਮਝੀਏ ਵੀ ਉਹ ਪਤਾ ਨੀ ਭੂਰੋ ਕਦੋਂ ਕਿਉਂਕਿ ਪਿੰਡ ਤੇ ਨੇੜਿਆ ਸੁਣ ਵੀਰ ਪਰ ਇਹਨੇ ਚਿੰਤਪੁਰ ਨੀ ਕਰ ਦੇਣਾ ਗੱਗੂ ਹੈ ਭੈਣੀ ਵਾਲਾ ਦੋਨੇ ਸੈਮੀ ਚੱਲਦੇ ਆ ਇਸ ਤੋਂ ਬਾਅਦ ਫਾਈਨਲ ਦੀ ਗੱਲਬਾਤ ਹੋਊਗੀ ਮੇਰੇ ਵੀਰੋ ਬਾਲ ਜਿਹੜੀ ਆਊਟ ਚਲੀ ਗਈ ਹੈ ਜੀ ਨਵੀਂ ਛੋਟੇ ਐਕਸ਼ਨਾਂ ਤੇ ਕੀ ਹਾਲ ਲੱਗਿਆ ਹੋਇਆ ਹਲੇ ਤੱਕ ਕੀ ਤੇਰੀ ਵੀ ਰਿਹਾ ਹਲੇ ਤੱਕ ਕੀ ਤੇਰੀ ਲਵੀ ਛੋਟੂ ਰਾਏ ਸਰੀਆ ਇਹ ਵੀ ਧੱਫੜ ਪਾ ਕੋਈ ਦੱਸਿਆ ਮੇਰੇ ਰੱਬਾ ਜਿਹੜੇ ਐਕਸ਼ਨਾਂ ਦੀ ਮੰਗ ਕਰਦੇ ਉੱਧਰ ਨੂੰ ਗੋਲਾ ਛੱਡਤਾ ਛੋਟੂ ਨੂੰ ਇੱਥੇ ਆ
ਦੁਨੀਆ ਦੇ ਇੱਕ ਇੱਕ ਏਜੰਟਾਂ ਜੀ ਨੇ ਅੱਧਾ ਬ੍ਰੇਕ ਉੜਲਾ ਕਨੇਡਾ ਮਾਰਦਾ। ਲੈ ਵੀ ਦੇਖੋ ਕੌਣ ਜੋਗਾ ਹੱਥੋ ਵਾਲਾ। ਹਾਂ ਇੱਕ ਗੱਲ ਪਤਾ ਨਹੀਂ ਕਿ ਜੇਕਰ ਜਿੰਨੇ ਕੁ ਕਨੇਡਾ ਭੇਜੇ ਸੰਦੀਪ ਨੇ ਉਹ ਦਸ ਕੁ ਦਿਨਾਂ ਬਾਅਦ ਮੁੜੇ ਨਾ ਕਦੋਂ ਪਤਾ ਨਹੀਂ ਕੀ ਆ ਲੈ ਵੀ ਢਾਬਾ ਦੀ ਖੇਡ ਕਿਵੇਂ ਲੱਗੀ ਬਾਈ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਯਾਰ ਜ਼ੋਰ ਦੇਣੇ ਕਮਾਲ ਕਰ ਗਿਆ ਕਹਿੰਦੇ ਮੁੰਡਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਐਵੇਂ ਨਹੀਂ ਕਹਿੰਦੇ ਭੈਣੀ ਵਾਲੇ ਮਾਣ ਕਰਦੇ ਵੀ ਗੇਮ ਪੁਆਇੰਟਾਂ ਤੋਂ ਹਰਾਏ ਨੇ ਕਦੇ ਗੇਮ ਪੁਆਇੰਟ ਤੋਂ ਹਰਾਏ ਨੇ ਕਦੇ ਗੇਮ ਪੁਆਇੰਟ ਤੋਂ ਹਾਰੇ ਨਾ ਕਦੇ ਤੇ ਸ਼ੇਰੂ ਨੇ ਹਰਾਏ ਬਹੁਤ ਨੇ ਕਿ ਰੌਲਾ ਪਾਇਆ ਨਾ ਕਦੇ ਕਿਸੇ ਰੌਲੇ ਤੇ ਪਿੰਡਾਂ 'ਚ ਚਰਚੇ ਕਰਾਏ ਬਹੁਤ ਨੇ ਔਲਖ ਵੀ ਫੈਨ ਹੋ ਗਿਆ ਸੀ ਖੌਫ ਦਾ ਆਕਸੀ ਦੁਧਾਨ ਦੇ ਵੱਡੇ ਕੱਪ ਤੇ ਭੈਣੀ ਵਾਲੇ ਯਾਰ ਬੈਠੇ ਆ ਤੇ ਭੈਣੀ ਵਾਲਿਆਂ ਨੇ ਹਨੇਰੀ ਵਾਂਗੂ ਵਾਰਦੇ ਨੇ ਨੋਟ ਹਾਂ ਪੈਸੇ ਢਾਬਾ ਦੇ ਉੱਡਣੇ ਸੱਪ ਤੇ ਕਿ ਨੰਬਰ 3 ਦਿੱਤੇ ਸੀ ਪਰੂ ਵਾਲੀ ਨੂੰ ਚਾਰ ਚਾਰਿਆਂ ਨਾਲ ਖੇਡ ਕੇ ਪਹਿਲਾਂ ਖੇਡੇ ਸ਼ਾਂਤ ਅੱਗ ਕਰਦਾ ਫੇਰ ਕੋਈ ਦੇਖੇ ਜਦੋਂ ਛੇੜ ਕੇ ਅੱਖਾਂ 'ਚ ਰੜਕਦਾ ਕਈਆਂ ਦੇ ਤੇ ਰਿਕਾਰਡ ਇਕੱਲੇ ਇਕੱਲੇ ਦਾ ਤੋੜ ਸਿੱਟਿਆ ਕੋਈ ਗੱਲ ਬਾਤ ਹੋਣੀ ਢਾਬਾ ਚ ਕਿ ਸਾਰੋ ਤੋਂ ਐਵੇਂ ਨੀ ਇਹਨੇ ਫੋੜ ਜਿੱਤਿਆ ਵੀ ਕੋਈ ਨਾ ਕੋਈ ਤੇ ਗੱਲ ਬਾਤ ਹੋਣੀ ਸਾਰੋ ਤੋਂ ਐਵੇਂ ਨੀ ਇਹਨੇ ਫੋੜ ਜਿੱਤਿਆ ਅੱਗੇ ਐਵੇਂ ਨੀ ਕਹਿੰਦੇ ਮੁੰਡੇ ਦੀਆਂ ਗੱਲਾਂ ਹੁੰਦੀਆਂ ਦੂਰ ਦੁਰਾਡੇ ਅੱਜ ਕੱਲ ਮੰਗ ਹੈ ਕਮੇਡੀਆਂ ਦੀ ਪਹਿਲੀ ਪਸੰਦ ਆ ਵੀ ਢਾਬਾ ਵਾਲਾ ਆਉਣਾ ਚਾਹੀਦਾ ਉਹ ਤਰੀਕਾਂ ਵੀ ਕਹਿੰਦੇ ਮਗਰ ਮੂਹਰੇ ਹੋ ਜਾਂਦੀਆਂ ਪਰ ਢਾਬਾ ਵਾਲਾ ਆਉਣਾ ਬੜਾ ਜ਼ਰੂਰੀ ਹੈ ਆਹ ਗਿੱਲਾਂ ਦਾ ਮੁੰਡਾ ਕਾਨੂੰ ਨੀ ਜਾਣਦੀ ਤੂੰ ਇਲ ਨੂੰ ਨੀ ਜਾਣਦੀ ਵੱਡੀਏ ਮਜੱਜ ਨੇ ਤੂੰ ਗਿੱਲ ਨੂੰ ਨੀ ਜਾਣਦੀ ਇਹ ਕਹਿੰਦੇ ਗਿੱਲਾਂ ਦੇ ਖਾਨਦਾਨ ਚੋਂ ਹੈ ਇਹਦਾ ਵੱਡਾ ਵੀਰ ਕਬੱਡੀ ਦਾ ਬਹੁਤ ਸੋਹਣਾ ਰੇਡਰ ਹੈ ਰਹਿ ਸਰੀਏ ਗੁਰਦੀਪ ਦੇ ਚਰਚੇ ਹੁੰਦੇ ਹੈ ਇਹ ਹੈ ਜੱਸਾ ਰਹਿ ਸਰੀਆ ਉਧਰ ਕਹਿੰਦੇ ਮਰਦਾ ਹੈਡੀ ਵਾਲਾ ਰੇਲ ਡਾਕਟਰ ਬੜੇ ਨਿਮਰਤ ਵਾਲਾ ਖਿਡਾਰੀ ਹੈ ਪਰ ਇਹ ਤਰੀਕੇ ਦੇ ਮੁੰਡਾ ਫਿਰ ਗਲਤੀ ਕਰ ਗਿਆ ਨੰਬਰ ਕਹਿਣੇ ਵਾਲ ਜ਼ਿਲ੍ਹੇ ਮਾਨਸਾ ਭੁੱਲ ਕੇ ਵੀ ਖਾਣਾ ਖਾਈਏ ਨਾ ਜੋ ਰੱਸੀ ਦਾ ਸੱਪ ਬਣਾਵੇ ਗੱਲ ਕਿਸੇ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਬਹੁਤ ਤਕੜਾ ਮੈਚ ਇੱਧਰ ਵੀ ਕਹਿੰਦੇ ਹਿੰਮਤਾਣਾ ਤੇ ਇੱਕ ਪਾਸੇ ਢੌਲ ਮਾਜਰਾ ਰਾਣਾ ਸਾਹਿਬ ਇਲਾਕੇ ਦੀ ਟੀਮ ਖੇਡ ਰਹੀ ਹੈ ਦੂਜੇ ਪਾਸੇ ਕਹਿੰਦੇ ਇਸ ਇਲਾਕੇ ਦਾ ਬੜਾ ਪ੍ਰਸਿੱਧ ਪਿੰਡ ਹੈ ਵਾਲੀਬਾਲ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਅੰਬੇਡਕਰ ਨਗਰ ਦਾ ਕਰੀ ਕਦੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਜੋਤੀ ਕਿੰਨੇ ਕਿੰਨੇ ਹੋ ਗਏ ਸੋਹਣੇ ਵੀਰੇ ਦਿਨ ਨੰਬਰ 5 ਤੇ ਇੱਕ
ਆਓ ਪੰਜ ਟਿਕਟ ਇੱਕੋ ਤਾਂ ਰਾਜਸਰੀ ਜੱਸੇ ਦਾ ਚੇਚੇ ਤੌਰ ਤੇ ਧੰਨਵਾਦ ਆ ਮੁੰਡਾ ਕਹਿੰਦੇ ਜਵਾਨਾਂ ਪਗਾਉਣ ਦੇ ਲਈ ਆਇਆ ਹੈ ਤੇ ਜਵਾਨ ਕੀਤੀ ਸੀ ਪ੍ਰਬੰਧਕਾਂ ਦੇ ਨਾਲ ਵੀ ਜਿੰਨਾ ਮਰਜ਼ੀ ਵੀ ਸ਼ਡਿਊਲ ਹੋਵੇ ਪਰ ਭੈਣੀ ਪੁੱਜੂਗਾ ਤੇ ਸਾਡਾ ਵੀਰ ਕਦੇ ਪੁੱਜਿਆ ਵੱਡਾ ਧੰਨਵਾਦ ਆ ਕਹਿੰਦੇ ਰਾਜਸਰ ਦੇ ਜੱਸੇ ਦਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਵੀ ਮੁੰਡਾ ਯਾਰੀਆਂ ਪਗਾਉਣ ਦੇ ਲਈ ਅੱਜ ਆਏ ਹੋਏ ਆ ਕੱਲਾ ਕਦੇ ਟਿਕਾਣੇ ਆ ਮਾਸਟਰ ਜੀ ਨੰਬਰ ਕਿੰਨੇ ਕਿੰਨੇ ਹੋਵੇ ਠੀਕ ਹੈ ਜੀ ਟਿੱਬੇ ਵਾਲਿਆ ਅੱਜ ਤੇ ਟਿੱਬੇ ਵਾਲਾ ਕਹਿੰਦੇ ਪਿਸਟਲ ਨਾਲ ਫੜੀ ਤੁਰਿਆ ਹੁੰਦਾ ਕਮਾਲ ਹੀ ਕਰ ਦਿੱਤੀ ਹੈ ਬੰਦੇ ਨੇ ਵਾਹ ਸੁਭਰਿਆ ਇਹ ਹੈ ਸੁਭਰ ਖਿਡਾਰੀ ਸਾਡੀ ਖੇਡ ਦਾ ਬੋਵੀ ਦਾ ਪਿੰਡ ਹੈ ਸਾਡੇ ਯਾਰ ਦਾ ਟਿੱਬਾ ਇਹ ਹੈ ਕਹਿੰਦੇ ਟਿੱਬੇ ਵਾਲਾ ਸੁਭਰਾ ਸ਼ੇਰਪੁਰ ਕਾਤਰ ਦਾ ਇਲਾਕਾ ਹੈ ਉਹ ਸਾਹਮਣੇ ਕਹਿੰਦੇ ਮੁੰਡਾ ਕਮਾਲ ਦਾ ਨੰਬਰ ਜੋੜ ਗਿਆ ਖਾਧੇ ਹੈ ਬਦਾਮ ਜੀ ਨੇ ਬੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਖਾਧੀਆਂ ਖੁਰਾਕਾਂ ਦੀਆਂ ਗੱਲਾਂ ਲੈ ਇੱਕ ਹੋਰ ਨੰਬਰ ਦਾ ਵਾਧਾ ਧੌਲ ਮਾਜੇ ਦੀ ਟੀਮ ਦੇ ਲਈ ਜੁੜਦਾ ਹੋਇਆ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਗੱਲਾਂ ਚਾਹੇ ਉਸ ਇਲਾਕੇ ਦੇ ਝੰਟ ਪਿੰਡ ਦੀਆਂ ਹੋਣ ਚਾਹੇ ਬਿਲਾਸਪੁਰ ਦੀਆਂ ਹੋਣ ਬੜੇ ਤਕੜੇ ਤਕੜੇ ਕੱਪ ਕਹਿੰਦੇ ਉਸ ਇਲਾਕੇ ਦੇ ਵਿੱਚ ਹੋਏ ਹੈ ਇਹ ਵੀ ਉਸ ਇਲਾਕੇ ਦੀ ਵੱਡੀ ਟੀਮ ਧੌਲ ਮਾਜੇ ਵਾਲੇ ਮੁੰਡੇ ਖੇਡ ਰਹੇ ਹੈ ਲਓ ਸਾਹਮਣੇ ਕਹਿੰਦੇ ਤੂਫਾਨ ਨੇ ਕਮਾਲ ਕਰ ਦਿੱਤੀ ਹੈ ਨੰਬਰਦਾਰ ਜੀ ਦੱਸੋ ਨੰਬਰ ਇੱਕ ਵਾਰੀ ਕਿੰਨੇ ਕਿੰਨੇ ਹੋ ਗਏ ਹੈ ਨੰਬਰ ਜ਼ਰੂਰ ਦੱਸ ਦਿਓ ਅੱਠ ਇੱਕ ਜੀ ਅੱਠ ਤੇ ਇੱਕ ਫਰਕ ਕਹਿੰਦੇ ਬਹੁਤ ਵੱਡਾ ਪੈ ਗਿਆ ਬਾਲੇ ਤੱਪੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ ਟੌਰ ਦੇਖ ਕੇ ਇੱਕ ਲੋਕਾਂ ਦੀ ਰੜਦੀ ਹੁੰਦੀ ਹੈ ਉਹ ਤੁੜਕਾ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤੁੜਕੇ ਤੁੜਕੇ ਦੇ ਨਾਲ ਗੁੱਡੀ ਕਹਿੰਦੇ ਅੱਗੇ ਨੂੰ ਜਾਵੜੀ ਹੈ ਮੈਚ ਵੀ ਬੜੇ ਤਕੜੇ ਹੈ 2:35 ਦਾ ਸਮਾਂ ਹੋ ਗਿਆ ਬਹੁਤਾ ਹੱਸਣਾ ਨੀ ਚੰਗਾ ਬਹੁਤਾ ਰੋਣਾ ਵੀ ਨੀ ਚੰਗਾ ਬਹੁਤਾ ਜਾਗਣਾ ਨੀ ਚੰਗਾ ਬਹੁਤਾ ਸੌਣਾ ਵੀ ਨੀ ਚੰਗਾ ਮੁੱਠੀ ਬੰਦ ਰਹੇ ਚੰਗੀ ਖੁੱਲ ਵੀ ਪਵਾੜੀ ਪਾਊਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ ਗਲਤੀ ਕਹਿੰਦੇ ਜਵਾਨੀ ਦੀ ਹੈ ਹੋਰ ਸਭ ਹੀ ਜਵਾਨੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਨਵੀਂ ਚੀਤਿਆ ਯੂਪੀ ਬੜੀ ਦੂਰ ਹੈ ਬੜੀ ਦੂਰੀ ਤੈਅ ਕਰਕੇ ਹੈ ਹੋ ਸਾਹਮਣੇ ਉੱਧਰ ਨੰਬਰ 21 ਹੈ ਹਲੇ ਤੱਕ ਧੌਲ ਮਾਰਿਆ ਤੇ ਬਾਲੇ ਫਿੱਟ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹੈ ਜਿਹੜੀ ਝੁਕਦੀ ਕਦੇ ਨੀ ਧੌਣ ਹੁੰਦੇ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹੈ ਜਿਹੜੇ ਪਾਣੀਆਂ ਤੇ ਲੋਕ ਲੋਕ ਮਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਹੈ ਰਿਕਾਰਡ ਪੈਦਾ ਕੀਤੇ ਹੋਏ ਹੈ ਇੱਧਰ 9 ਨੰਬਰ ਹੋ ਗਏ ਧੌਲ ਮਾਜਰੇ ਦੇ ਤੇ ਉੱਧਰ ਮੇਰੇ ਖਿਆਲ ਕੋਈ ਨੀ ਸਾਡਾ ਆਹੋ ਕਹਿੰਦੇ ਚਰਚੇ ਉੱਧਰ ਗਗਨ ਬਲ ਕਹਿੰਦੇ ਕੈਨੇਡਾ ਗਾਲਾ ਸਾਡਾ ਵੀਰ ਕਹਿੰਦਾ ਵੀ ਜੇ ਰਾਜਸਰੀਆ ਜੱਸਾ ਇੱਥੋਂ ਮੈਚ ਜਿਤਾਉਂਦਾ ਤੇ ਨਵਾਈ ਫੋੜ ਦਿੱਤਾ ਜਾਣਾ ਤੇ ਜੱਸਿਆ ਗੱਲਾਂ 1.5 ਲੱਖ ਨੂੰ ਲਾਗੇ ਤਾਗੇ ਲਾਗੂ ਆ ਤੇ ਜੱਸਾ ਇੱਥੋਂ ਮੈਚ ਜਿਤਾਉਂਦਾ ਗੱਭਰੂ ਬੜਾ ਤਕੜਾ ਮੈਚ ਕੀ ਦੁਨੀਆਂ ਦੀ ਦੱਸਾਂ ਯਾਰੋ ਸੋਚ ਸੋਚ ਕੇ ਹੱਸਾਂ ਯਾਰੋ ਤਕੜੇ ਦੀ ਤਰੀਕੇ ਪੈਂਦੀ ਹੈ ਚੜਦਾ ਲੈਂਦਾ ਪਾਸਾ ਦੁਨੀਆ ਉਹ ਵਹਿੰਦੀ ਰਹਿੰਦੀ ਆ ਵੀ ਚੜਦਾ ਲੈਂਦਾ ਪਾਸਾ ਦੁਨੀਆ ਵਹਿੰਦੀ ਰਹਿੰਦੀ ਆ
ਆਓ ਬੱਲੇ ਪਰਮੇ ਬੱਲੇ ਹਰਜਾ ਪਾਸੇ ਪਰਮਿਆ ਆਓ ਤੇ ਮਿਰ ਦੇ ਉੱਤੇ ਖੜਿਆ ਖੜਾ ਚੁੱਬਰ ਕਹਿੰਦੇ ਗੱਲਾਂ ਵੱਡੀਆਂ ਹੁੰਦੀਆਂ ਨੇ ਲਾਵੀ ਜਸਤੇਸ਼ਵਰ ਗੱਡੀ ਦੇ ਕੋਲ ਚਲਾ ਜਾ ਤੇ ਹਰਮਨ ਨੂੰ ਉਡੀਕ ਨਾ ਕਹਿੰਦਾ ਇਕੱਠੀ ਚੱਲਾਂਗੇ ਹਾਸੇ ਖੇਡੀ ਸੋਹਣੇ ਵੀਰ ਉੱਤੇ ਪਿੰਡ ਪਾਉਣ ਗਏ ਹੋਣੇ ਮੈਨੂੰ ਲੱਗਦਾ ਪਿਛਾ ਮੁੜ ਮੁੜ ਵੇਖਦਾ ਉਹਦੇ ਤਾਂ ਘੰਟਾ ਪਹਿਲਾਂ ਦੇ ਤੇ ਆਹ ਗੱਲਾਂ ਕਹਿੰਦੇ ਹੋਣਗੀਆਂ ਜ਼ਰੂਰ ਲੀਡ ਪੱਟ ਦੇ ਦੋ ਤਿੰਨ ਬਾਲਾਂ ਲਗਾਤਾਰ ਮਾਰ ਤੇ ਲੋਕਾਂ ਨੂੰ ਆਨੰਦ ਆਵੇ ਠੰਡ ਭੁੱਲ ਜਾਣ ਲੋਕ ਜਿਹੜੇ ਭੂਰਿਆਂ ਚ ਵੜਦੇ ਜਾਂਦੇ ਹਨ ਦੋ ਚਾਰ ਬਾਲਾਂ ਲਗਾਤਾਰ ਮਾਰੋ ਪਤਾ ਲੱਗੇ ਵੀ ਰਾਜਸਰੀਆ ਤੋਪ ਖੇਡਣ ਆਇਆ ਪਰ ਅੱਜ ਛੋਟੂ ਲੋਟ ਨਹੀਂ ਆਇਆ ਕਿਸੇ ਤੋਂ ਮੁੰਡਾ ਕਹਿੰਦੇ ਮਾਦਰੇ ਵਾਲਾ ਕਹਿੰਦੇ ਕਮਾਲ ਕਰੀ ਜਾਂਦਾ ਹੈ ਮੁੰਡਾ ਮਾਦਰੇ ਵਾਲਾ ਹੈ ਉਹ ਕਦੇ ਕਮਾਲ ਕਰੀ ਜਾਂਦਾ ਪਰ ਜਿਹੜਾ ਕਦੇ ਇੱਧਰ ਟੱਬੇ ਵਾਲਾ ਕਰ ਗਿਆ ਨਾ ਤੇ ਮੈਨੂੰ ਆਉਂ ਕਿਉਂ ਲੱਗਦਾ ਟੰਡੇ ਹਿਸਾਬ ਕੁਝ ਹੋਰ ਹੀ ਬਣ ਗਿਆ ਸੋਹਣੇ ਵੀਰ ਨਹੀਂ ਦੱਸਦੇ ਨੰਬਰਦਾਰਾ ਸਾਹਿਬ ਕਿਹੜਾ ਬਣ ਗਿਆ ਗੱਲ ਮਨ ਚ ਨਹੀਂ ਰੱਖੀ ਦੀ ਹੁੰਦੀ ਗੋਲਾ ਬਣ ਜਾਂਦਾ ਗੱਲ ਦੱਸਦੀ ਚੰਗੀ ਹੁੰਦੀ ਹੈ ਗੋਲਾ ਬਣੇ ਲੁੱਟ ਸੋਹਣੇ ਵੀਰ ਸਾਹਿਬ ਬਣ ਗਿਆ ਚੱਲ ਤੇ ਭਲੇਰਾਂ ਨਾਲ ਆਇਆ ਸੀਗਾ ਗੋਲਾ ਫਟ ਵੀ ਜਾਂਦਾ ਸਮੇਂ ਦਾ ਆਹ ਦੇਖ ਗੋਲਾ ਆ ਗਿਆ ਸੀ ਇੱਧਰ ਨੂੰ ਵੀ ਚਰਤਿਆ ਕਦੇ ਪੱਤੀ ਦੇ ਕੱਪ ਤੇ ਕਹਿੰਦੇ ਸਨਮਾਨ ਹੋਇਆ ਜੱਟ ਦੇ ਹਾਂ ਗੱਲਾਂ ਟਿਕਾਣੇ ਆ ਲਈ ਕਿੰਨੇ ਹੋ ਗਏ ਨੰਬਰ ਆ ਨੰਬਰ ਇੱਧਰ ਤਿੰਨ ਬਾਕੀ ਰਹਿ ਗਏ ਤਿੰਨ ਨੰਬਰ ਬਾਕੀ ਰਹਿ ਗਏ ਜੀ ਧੌਲ ਮਾਜਰੇ ਵਾਲੇ ਮੁੰਡੇ ਫਾਈਨਲ ਦੇ ਨੇੜੇ ਤੇੜੇ ਚਾਰ ਕਿਲੇ ਦੀ ਜੋਤੀ ਮੰਨ ਲੈਂਦਾ ਹਾਂਜੀ ਹਾਂਜੀ ਸੈਮੀਆਂ ਦੋਨੋਂ ਸੈਮੀ ਚੱਲੀ ਜਾਂਦੇ ਆ ਵੀਰੇ ਚਰਚਿਆ ਕਦੇ ਕੁਲਵਿੰਦਰ ਦਾ ਮੁੰਡਾ ਵੀ ਆਇਆ ਹੋਇਆ ਮਿੱਠੇ ਦਾ ਜਾਗਰਾ ਗੱਲੋਂ ਟਿਕਾਣੇ ਲਈ ਚਰਚਿਆ ਜਾਗਰ ਆਇਆ ਹੋਇਆ ਕਹਿੰਦਾ ਮਿੱਠਿਆ ਚਾਂਦ ਦੀ ਬਾਜ਼ੀ ਲਾਈ ਵੀ ਆ ਬੱਲੇ ਬੱਲੇ ਕਦੇ ਹੋਈ ਪਈ ਆ ਚੱਲਦੇ ਮੈਚ ਦੇ ਵਿੱਚ
ਲਵੀ ਰਾਜਸਰ ਗਿਆ ਵਾਪਸੀ ਕਰਨੀ ਚਾਹੀਦੀ ਹੈ ਟੀਮ ਨੂੰ ਲੀਡ ਮੋੜ ਦੀ ਕੈਨੇਡਾ ਬਾਈ ਨੇ ਸਕੋਰ 16 ਸੇ ਆ ਜੀ 16 ਗੱਭਰੂ ਲਓ ਗੁੱਲੀ ਨੇ ਕਹਿੰਦੇ ਸਰਵੇ ਕਰ ਦਿੱਤੀ ਹੈ ਇਹ ਹੈ ਗੁੱਲੀ ਮਰਦਾ ਹੀੜੀ ਦੀ ਧਰਤੀ ਮਰਜਾ ਦਾ ਮਾਣ ਵੀ ਵਪਾਰੀ ਬੜਾ ਵੱਡਾ ਸੀ ਵਾਗਾ ਵਾਲੇ ਸਹਿਰ ਪਟਿਆਲੇ ਜੀ ਦਾ ਅੱਡਾ ਸੀ ਮਰ ਜਾਣਾ ਮਾਨ ਵੀ ਖਿਡਾਰੀ ਲੋਕੋ ਵੱਡਾ ਸੀ ਲਈ ਅੱਜ ਕਹਿੰਦੇ ਸਾਡਾ ਭਰਾ ਕਹਿੰਦੇ ਹੌਲਦਾਰ ਮਾਨ ਕੁਮਾਰ ਵਾਲਾ ਵੱਡੇ ਮਾਨ ਕਰਕੇ ਗਿਆ ਸੋਨੀ ਦੇ ਠੁੱਲੀ ਅਲੀਅਟ ਦੇ ਤੇ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੇ ਭਰਾ ਸਾਡਾ ਹੌਲਦਾਰ ਕਹਿੰਦਾ ਵੀ ਸਨੀ ਠੁੱਲੀ ਆਲਦਾ ਤੇ ਨਾਲ ਕਹਿੰਦੇ ਸਹਿਬਾਦਪੁਰ ਵਾਲੇ ਸੱਤੇ ਦਾ ਤੇ ਇਹਨਾਂ ਬੁੱਲਾਂ ਦਾ ਮਾਨ ਉਹ ਕਹਿੰਦਾ ਵੀ 11-11 ਸੋਨਾ ਕਰਾਂਗੇ ਮਾਨ ਕੁਮਾਰ ਵਾਲਾ ਹੌਲਦਾਰ ਸਾਡਾ ਵੀਰ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਉਹ ਕਹਿੰਦਾ ਵੀ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੇ ਠੁੱਲੀ ਆਲਦੇ ਸਨੀ ਦਾ ਤੇ ਨਾਲ ਇਹਨਾਂ ਬੁੱਲਾਂ ਦੇ ਨਾਲ ਸਵਾਜਪੁਰ ਦੇ ਸੱਤੇ ਦਾ ਸਨਮਾਨ 11-11 ਸੋਨਾ ਕਰ ਦਿਆਂਗੇ ਵੱਡਾ ਧੰਨਵਾਦ ਹੈ ਕਿਤੇ ਹੌਲਦਾਰ ਦਾ ਪਰ ਮੈਂ ਅੱਜ ਕਿਤੇ ਚੋਟੀ ਨਾਲ ਲੱਗਿਆ ਹੋਇਆ ਇੱਧਰ 1 ਨੰਬਰ ਗਰਾਊਂਡ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਤੇ ਮੈਨੂੰ ਲੱਗਦਾ ਬਾਅਦ ਵਿੱਚ ਮੁੱਕਣਾ ਮੈਂ ਅੱਜ ਕਿਤੇ ਚੰਗਾ ਲੱਗਿਆ ਹੋਇਆ ਮੈਨੂੰ ਲੱਗਦਾ ਵੀ 8-9 ਨੰਬਰ ਤੇ ਜਿਹੜੇ ਇਕੱਲੇ ਸੁਪਰੇ ਨੇ ਜੋੜਤੇ ਹੈ 9ਵਾਂ ਨੰਬਰ ਜੋੜਤਾ ਹੈ 11 ਨੰਬਰ ਜੋੜਤੇ ਹੈ ਠੁੱਲੀ ਵਾਲੀਆ ਕਹਿੰਦਾ ਵੀ 11ਵਾਂ ਨੰਬਰ ਜੋੜਤਾ ਹੈ ਸਭ ਤੋਂ ਵੱਧ ਗੇਮ ਤੇ ਟਿੱਬੇ ਵਾਲਾ ਕਮਾਲ ਇਹਨੂੰ ਕਹਿੰਦੇ ਝਾਕਾ ਕਿਸੇ ਹੋਰ ਨਾਲ ਜਸ਼ਨ ਤੈਨੂੰ ਗੱਡੀ ਗੋਡੀ ਕਿਤੇ ਸੁਣ ਵੀਰ ਬੱਬੂ ਇਹਨੂੰ ਲੈ ਜਾ ਮੇਰਾ ਵੀਰ ਫੜ ਕੇ 19 ਦਾ ਵੀਰੇ 19 ਦਾ ਜੀ ਹਰਮਨ ਰਾਣੂ ਜੀ ਕੋਕ ਲੈ ਵੀ ਕੋਕ ਗੱਡੀ ਕੋਲ ਚਲਾ ਜਾਵੇ ਮੇਰਾ ਵੀਰ ਲਾ ਬੱਲੇ 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 ਆਏ ਡਾਕਟਰ ਤੇ ਆਏ ਛੋਟੀ ਦਾ ਜ਼ੋਰ ਲਾ ਰਿਹਾ ਲੀਡ ਪੱਟਣ ਦੇ ਲਈ ਹਾਲੇ ਵੀ ਪਰ ਇਹਨੂੰ ਛੋਟੂ ਕਹਿੰਦੇ ਆ ਇਹਨੂੰ ਛੋਟੂ ਕਹਿੰਦੇ ਆ ਉਹਨੇ ਨੇ ਕਦੇ ਕਮਾਲ ਕੀਤੀ ਆ ਪਰ ਦੇਰੀ ਵਾਲੇ ਲੀਡ ਪੱਟਣੀ ਪੈਣੀ ਆ ਕੁਝ ਨਾ ਕੁਝ ਨੰਬਰ ਲਗਾਤਾਰ ਜੁੜਨ ਫੇਰ ਬਣਿਆ ਸਵਾਦ ਭਾਲੇ ਵੀ ਆਓ ਬੱਲੇ 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 ਕੀ ਪੁਆਇੰਟ ਹੋਵੇ ਜੀ ਮਟਰ ਜੀ 16-6 16 ਸੇ ਪੁਆਇੰਟ ਆ ਜੀ 16 ਸੇ
ਵਾਹ ਜੱਗੂ ਲਾਸਟ ਆ ਗਿਆ ਮੇਰੇ ਹਿਸਾਬ ਨਾਲ ਲਾਸਟ ਪੁਆਇੰਟ ਆ ਗਿਆ ਵੀਰੇ ਚੈਣੇਵਾਲ ਦਾ ਲਾਸਟ ਪੁਆਇੰਟ ਸ਼ੇਰੂ ਛੋਟੂ ਦਾ ਲਾਸਟ ਪੁਆਇੰਟ ਜੀ ਉੱਧਰੋਂ ਦੂਜੇ ਸੈਮੀ 'ਚੋਂ ਧੌਲ ਮਾਜਰੇ ਦੀ ਲੀਡ ਆ ਜੀ ਧੌਲ ਮਾਜਰੇ 'ਚ ਸੱਤਾ ਅਤੇ ਸੁਪਰਾ ਟਿੱਬਾ ਫਾਈਨਲ ਮੈਚ ਆਪਣੇ ਕੋਲ ਬਾਕੀ ਆ ਮੈਚ ਤੋਂ ਬਾਅਦ ਜੀ ਸੱਤੇ ਅਤੇ ਸੁਪਰੇ ਦੀ ਲੀਡ ਆ ਧੌਲ ਮਾਜਰੇ ਦਿਲਪ੍ਰੀਤ ਕਲੱਬ ਦੀ ਲੀਡ ਆ ਉੱਧਰੋਂ ਵੀਰੇ ਲਓ ਮੈਚ ਕਹਿੰਦੇ ਦੋਵੇਂ ਮੈਨੂੰ ਲੱਗਦਾ ਵੀ ਆਖਰੀ ਨੰਬਰਾਂ ਦੇ ਉੱਤੇ ਚੱਲੇ ਆ ਦੋਵੇਂ ਮੈਚ ਪਰ ਵਾਲੀਬਾਲ ਦੀ ਖੇਡ ਆ ਜਿੱਥੇ ਇੱਕ ਚੇਂਜ ਲੱਗ ਗਈ ਨੰਬਰ ਪੈਂਦਿਆਂ ਦਾ ਪਤਾ ਨਹੀਂ ਲੱਗਦਾ ਨੰਬਰ ਪੈਂਦਿਆਂ ਦਾ ਆਹੋ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਦੋਵੇਂ ਕਹਿੰਦੇ ਕਮਾਲ ਕਰਨ ਦਾ ਤਾਵ ਰੱਖ ਰਹੇ ਮਰਦੇੜੀ ਵਾਲੇ ਵੀ ਹਾਲੇ ਵੀ ਇੱਥੇ ਮੈਚ ਦੇ ਵਿੱਚ ਥੋੜੀਆਂ ਉਮੀਦ ਆ ਵੀ ਕਮਾਲ ਕਰਨ ਦਾ ਤਾਵ ਰੱਖ ਲੂ ਆ ਆਹੋ ਦਬਾਵ ਤੁਹਾਡਾ ਕਹਿੰਦੇ ਟਰਾਈ ਵੀ ਕਰਦਾ ਪਰ ਬੱਲੇ 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 ਫੈਸਲੇ ਆਊਟ ਬਾਲ ਦੇ ਆ ਫੈਸਲੇ ਜਿਹੜੇ ਆਊਟ ਬਾਲ ਦੇ ਆ ਉਧਰ ਟਿੱਬੇ ਵਾਲਾ ਵੀ ਕਹਿੰਦੇ ਲੋਟ ਨਹੀਂ ਆਇਆ ਕੱਲਾ ਹੀ ਹਿਰਦੇ ਜੋਤ ਹਾਂ ਇਹ ਹਿਰਦੇ ਜੋਤ ਆ ਗੁਆਰੇ ਵਾਲਾ ਹਰਮਨ ਜਵੰਦਾ ਨਾਲ ਹਿਰਦੇ ਜੋਤ ਸਾਡਾ ਭਰਾ ਕਹਿੰਦੇ ਗੁਆਰੇ ਵਾਲੇ ਨਾਲ ਹਰਮਨ ਜਵੰਦਾ ਇਹਨਾਂ ਦੇ ਸਨਮਾਨ ਕੀਤੇ ਜਾਂਦੇ ਆ ਭਰਾ ਨੇ ਸਾਡੇ ਹਾਂ ਸੈਂਟਰ ਦੇ ਜੋ ਜੀ ਹਿਰਦੇ ਜੋਤ ਦੇ ਨਾਲ ਹਰਮਨ ਜਵੰਦਾ ਉਹਨਾਂ ਵੀਰਾਂ ਦੇ ਕਹਿੰਦੇ ਸਨਮਾਨ ਸਨਮਾਨ ਕੱਢੀ ਭਰਾਵਾਂ ਦੇ ਕੀਤੇ ਗਏ ਆ ਉਧਰ ਜੱਸੇ ਭਰਾ ਵੱਲੋਂ ਬੂਟੇ ਦੇ ਲਈ ਜਿਹੜੇ 500 ਦੇ ਬਾਣ ਬੋਲਦੇ ਕੀਤੇ ਆ ਜੱਸੇ ਵੀਰ ਵੱਲੋਂ 500 ਰੁਪਈਆ ਜਿਹੜਾ ਬੂਟੇ ਲਈ ਆਇਆ
ਲਵੀ ਠੀਕ ਹੈ ਖਿਡਾਰੀ ਸਨੀ ਠੀਕ ਹੈ ਸੱਤਾ ਠੀਕ ਹੈ ਜੀ ਲਵੀ ਕਰ ਲਓ ਮੈਚ ਸ਼ੁਰੂ ਮੇਰਾ ਜੀ ਆਓ ਜੀ ਨੰਬਰਦਾਰ ਹਾਂਜੀ ਨਾਨੇ ਵਾਲੀ ਯਾਦ ਸੀ ਆਉਣ ਵਾਲੇ ਸਮੇਂ 'ਚ ਕਈ ਗੀਤ ਵੀ ਆ ਰਹੇ ਆ ਬੁੱਕ ਦੇ ਲਿਖੇ ਹੋਏ ਵਾਹ ਕਹੀਏ ਨੇੜੇ ਯਾਰ ਨੇੜੇ ਵਾਲੀ ਆ ਯਾਰ ਤੇਰਾ ਪ੍ਰਦਰਸ਼ਨ ਕਰਨਾ ਪੈਣਾ ਫੇਰ ਲੀਡ ਬੁੜਦੀਆਂ ਆਏ ਤੈਨੂੰ ਚਾਰ ਨੰਬਰ ਲਗਾਤਾਰ ਪੈਣਦਾ ਹੈ ਆਓ ਪੱਲੇ ਪੱਲੇ ਮਾਸਟਰ ਜੀ ਕੀ ਸਕੋਰ ਹੋ ਗਏ ਨੌ ਅਠਾਰਾਂ ਜਸ਼ਨ ਭੰਦੇਰ ਬਲਵਿੰਦਰ ਵਾਗੜੀ ਨਾਲ ਸੰਪਰਕ ਕਰੇ ਜਸ਼ਨ ਭੰਦੇਰ ਬਹੁਤ ਸੋਹਣਾ ਮੈਚ ਥੋੜੇ ਨੰਬਰ ਹੀ ਬਾਕੀ ਹੈ ਉਧਰ ਜੱਸੇ ਬਾਈ ਦਾ ਵੱਡਾ ਧੰਨਵਾਦ ਵੱਡੇ ਮਾਣ ਵੱਡੇ ਪਿਆਰ ਇਹਨਾਂ ਬੋਲਾਂ ਲਈ ਦੇ ਗਿਆ ਹੈ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਬਾਹੀਏ ਰੱਜ ਕੇ ਖਾਈਏ ਥੋੜਾ ਖਾ ਪੀ ਖਰਚ ਲਈਏ ਬਾਕੀ ਦਾਨ ਪੁੰਨ ਤੇ ਲਾਈਏ ਬੇਸੁਗਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਫੁੱਲੀ ਵਾਲੀਆਂ ਸੈਂਟਰ 'ਚ ਆ ਗਿਆ ਪਰ ਗੱਲ ਨਹੀਂ ਬਣੀ ਅੱਜ ਨਾ ਬਣੇ ਤੇ ਭਾਵੇਂ ਕੱਲ ਨਾ ਬਣੇ ਦਾਪੇ ਸਿੱਖੇ ਬਿਨਾਂ ਕਹਿੰਦੇ ਗੱਲ ਨਾ ਬਣੇ ਜੱਸਾ ਮੈਚ ਉੱਤੇ 3100 ਹਰਮਨ ਜੀ ਸਾਰੋਂ ਵੱਲੋਂ ਹਰਮਨ ਜੀ ਸਾਰੋਂ ਸਾਡਾ ਵੀਰ ਜੱਸਾ ਮੈਚ ਜਿੰਦਾ ਦੇ 3100 ਦੇ ਨਾਲ ਕਹਿੰਦਾ ਮਾਣ ਕਰ ਦਿਆਂਗੇ ਜਿਹੜੀ ਚਾਂਗਲੀ ਦਾ ਕਿੰਨੇ ਕੁ ਨੰਬਰ ਬਾਕੀ ਇੱਧਰ ਜੋਤੀ ਇੱਧਰ ਕਿੰਨੇ ਹੋ ਗਏ ਉੱਧਰ ਲਾਸਟ ਆ ਇੱਧਰ 9 ਨੇ ਉੱਧਰ ਲਾਸਟ ਨੰਬਰ ਹੈ ਤੇ ਇੱਧਰ 10 ਆ ਜੀ ਕਹਿੰਦੇ ਜੋਤੀ ਇੱਧਰ ਕਿੰਨੇ ਹੋ ਗਏ ਬਹੁਤ ਸੋਹਣਾ ਮੈਚ ਇੱਧਰ ਵੀ ਇੱਕ ਅੱਧਾ ਬਾਕੀ ਹੋਣਾ 17 2 ਨੰਬਰ ਬਾਕੀ ਰਹਿ ਗਏ ਜੀ ਉੱਧਰ 1 ਬਾਕੀ ਹੈ ਤੇ ਇੱਧਰ 2 ਨੰਬਰ ਬਾਕੀ ਹੈ ਜੀ ਬਹੁਤ ਕਹਿੰਦੇ ਅਮਰਜੀਤ ਸਿੰਘ ਉੱਪਲ ਦਾ ਪੁੱਤਰ ਬੋਲਟ ਵੀ ਮਿਲੇ ਮੋਟਰਸਾਈਕਲ ਵੀ ਜਿੱਤਿਆ ਉਹ ਠੋਲੀ ਵਾਲੀ ਆਵਾਜ਼ ਸੁਣਿਆ ਆਪੇ ਕੱਟ ਕੱਟ ਕੇ ਪੈ ਜਾਣੀ ਹੈ ਆਓ ਯਾਰੀ ਪਲਾ ਗਿਆ ਠੁੱਲੀ ਵਾਲੀਆ ਕਹਿੰਦੇ ਬਾਲ ਤਗੜੀ ਲਾ ਗਿਆ ਖੇਡਦੇ ਮੈਦਾਨ ਦੇ ਵਿੱਚ ਚਰਜੇ ਵੱਡੇ ਦੇ ਨਾਲ ਪਿਆਰ ਵੀ ਬੜਾ ਹੈ ਤੇ ਬਾਲ ਕਹਿੰਦੇ ਤਗੜੀ ਲਾ ਦਿੱਤੀ ਹੈ ਸਨੀ ਨੇ ਲਾ ਵੀ ਤਿੰਨੋ ਕੇ ਸੁਣ ਵੀ ਨੰਬਰ ਚੇਂਜ ਆ ਮੁਹੰਮਦ ਗੜੀ ਆ ਤੀਜਾ ਸਾਡਾ ਵੱਡਾ ਬਈ ਸਟੇਜ ਤੇ ਆ ਜਾਵੇ ਠੀਕ ਹੈ ਮੈਚ ਕਰਾਈ ਜਾਂਦਾ ਜੀ ਆ ਮੈਚ ਕਰਾ ਦੇ ਤੇ ਬੀਟੇ ਨੂੰ ਬੀਟੇ ਮੈਚ ਕਰਾ ਰਹੇ ਹੋ ਬਈ ਨਹੀਂ ਮਾਸਟਰ ਜੀ ਆ ਗਿਆ ਤੀਜੇ ਬਈ ਆਏ ਹੋ ਜੀ ਸਟੇਜ ਤੇ ਆਓ ਜੀ ਸਨਮਾਨ ਲਓ ਜੀ ਆ ਕੇ ਆਪਣਾ ਬਈ ਇੱਕ ਨੰਬਰ ਹੀ ਰਹਿੰਦਾ ਫਿਰ ਖੜ ਜਾਓ ਕੋਈ ਗੱਲ ਨੀ ਬਾਈ ਜਾਂ ਉਸਤਾਦਾ ਕੋਈ ਗੱਲ ਨੀ ਲੱਗ ਲੈਂਦੇ ਨੰਬਰ ਹੁਣ
ਬੂਟੇ ਬਾਈ ਸੇਮਾ ਆਸਟ੍ਰੇਲੀਆ ਕਹਿੰਦਾ ਜੱਸਾ ਜਿੱਤੇ 11,000 ਉਧਰ ਸੇਮਾ ਆਸਟ੍ਰੇਲੀਆ ਸਾਡਾ ਵੀਰ ਉਸ ਭਰਾ ਬਣੀ ਜੇ ਜੱਸਾ ਮੈਚ ਜਿੱਤਦਾ ਤੇ 1100 ਰੁਪਇਆ ਦਿੱਤਾ ਜਾਣਾ 11,000 ਜੀ 11,000 ਦੇ ਨਾਲ ਰਹਿ ਸਾਰੀਏ ਜੱਸੇ ਦੇ ਮਾਣ ਹੋਣਗੇ ਦੁਨੀਆ ਮਾਣ ਕਰਦੀ ਹੈ ਕਹਿੰਦੇ ਮੁੰਡੇ ਦੀ ਖੇਡ ਤੇ ਖੇਡ ਮੁੰਡਾ ਤੂਫਾਨ ਬਣ ਕੇ ਉੱਠਿਆ ਬੜੀ ਤਕੜੀ ਖੇਡ ਹੈ ਰਹਿ ਸਾਰੀਏ ਦੀ ਅੱਜ ਕਹਿੰਦੇ ਮਰਦਾ ਹੇੜੀ ਦੀ ਟੀਮ ਦਾ ਵੱਡਾ ਹਿੱਸਾ ਬਣਿਆ ਨਾਲ ਮਹਿਲ ਕਰਦੀ ਧਰਤੀ ਦੇ ਕਹਿੰਦੇ ਨਵਾਬ ਦੋ ਖਿਡਾਰੀ ਜ਼ਿਲ੍ਹੇ ਬਰਨਾਲੇ ਦੇ ਖੇਡ ਰਹੇ ਹੈ ਵੱਡੇ ਵੱਡੇ ਅਦਾਕਾਰਾਂ ਨੂੰ ਜਨਮ ਦੇਣ ਵਾਲਾ ਜ਼ਿਲ੍ਹਾ ਹੈ 133 ਪਿੰਡ ਦੇ 3 ਹਲਕੇ ਕਹਿੰਦੇ ਪੈਂਦੇ ਹੈ ਜ਼ਿਲ੍ਹੇ ਬਰਨਾਲੇ ਦੇ ਵਿੱਚ ਵੱਡੇ ਵੱਡੇ ਅਦਾਕਾਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲੇ ਦੀ ਗੱਲ ਹੋਵੇ ਪ੍ਰਸਿੱਧ ਪੱਤਰਕਾਰ ਓਮ ਪ੍ਰਕਾਸ਼ ਦਾਸੋ ਦਾ ਨਾਮ ਹੋਵੇ ਸੰਤ ਰਾਮ ਉਦਾਸੀ ਦੀਆਂ ਗੱਲਾਂ ਹੋਣ ਮਹਾਨ ਸੀ ਸੇਵਾ ਸਿੰਘ ਜੀ ਠੀਕਰੀ ਵਾਲ ਦੀ ਗੱਲ ਹੋਵੇ ਗੁਰਪ੍ਰੀਤ ਵੀਰੇ ਸੈਮੀ ਆ ਜੀ ਦੋਨੋਂ ਸੈਮੀ ਚੱਲੀ ਜਾਂਦੇ ਆ ਵੀਰੇ ਜਿਹੜਾ ਲਾਸਟ ਪੁਆਇੰਟਾਂ ਤੇ ਆ ਦੋਨੋਂ ਸੈਮੀ ਗੁਰਪ੍ਰੀਤ ਵੀਰੇ ਦਿੱਤਾ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ ਗੱਲਾਂ ਹੋਣ ਲਓ ਜ਼ਿਲ੍ਹੇ ਬਰਨਾਲੇ ਦੇ ਰਹਿ ਸਰ ਪਿੰਡ ਦਾ ਕਹਿੰਦੇ ਜੱਸਾ ਖੇਡ ਰਿਹਾ ਤਕੜਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਨੰਬਰ ਫਿਰ ਮੈਂ ਦੇਖਦਾ ਵੀ ਆਈਡੀ ਵਾਲਿਆਂ ਦੇ ਖਾਤੇ ਜੁੜ ਗਿਆ ਹੈ 12-18 ਜੀ ਪੀਚੇ ਭਾਈ ਆਇਓ ਜੀ ਸਨਮਾਨ ਲਓ ਜੀ ਸਟੇਜ ਤੇ 12-18 ਚਮਕੌਰ ਬਾਈ 12-18 ਹੋ ਗਏ ਜੀ 12-18 ਦੀ ਗੇਮ ਨਹੀਂ ਸੱਦੋ ਵਾਲੀ ਇੱਧਰ ਕਿੰਨੇ ਹੋ ਗਏ ਲਵ ਜਿਹੜਾ 2 ਨੰਬਰ ਗਰਾਊਂਡ 'ਚ ਰੈਫਰੀ ਬੈਠਾ ਫਿਰ ਇੱਕ ਯਾਰ ਲਵ ਜੋਤੀ ਹੈ ਮੁੰਡਾ ਗਵਾ ਕੇ ਦੇਖ ਲਈ ਮੇਰਾ ਵੀਰ ਜੋਤੀ ਸਟੇਜ ਵੱਲ ਨੂੰ ਵੇਖੀ ਮੇਰਾ ਵੀਰ ਤੂੰ ਵੀ ਠੀਕ ਹੈ ਫਿਰ ਤਾਂ ਠੀਕ ਹੈ ਹਾਂ ਲੈ ਗਰਾਊਂਡ 'ਚ ਹੀ ਕਰਾਂਗੇ ਸਨਮਾਨ ਆਪਾਂ ਏਡਾ ਵੱਡਾ ਖਿਡਾਰੀ ਇਸ ਇਲਾਕੇ ਦਾ ਨਹੀਂ ਪੂਰੇ ਪੰਜਾਬ ਦਾ ਨੰਬਰ 1 ਖਿਡਾਰੀਆਂ ਦੇ ਵਿੱਚ ਨਾਮ ਹੈ ਇੱਕ ਨੰਬਰ ਹੀ ਰਹਿੰਦੇ ਦੀ ਬਾਅਦ ਲੈ ਦੇ ਆਪਾਂ ਸੱਤੇ ਦਾ ਮੈਚ ਉਧਰ ਚੱਲੀ ਜਾਂਦਾ ਵੀਰੇ ਚੱਲੀ ਜਾਂਦਾ ਜੀ ਸੱਤੇ ਦੀ ਲੀਡ ਆ ਵੀਰੇ ਕਹਿੰਦੇ ਫਿਰ ਧੰਨ ਕਰਵਾ ਗਿਆ ਹੈ ਸੱਤੇ ਦਾ ਸੈਮੀ ਚੱਲੀ ਜਾਂਦਾ ਉਧਰ ਜੀ ਧੂੜੀ ਪੱਟਦੀ ਹੈ ਓਕੇ ਮੱਤ ਬਾਈ ਉਧਰ ਫੇਰ ਮੁੰਡਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਹੈ ਨੰਬਰ ਕਹਿੰਦੇ 2 ਬਾਕੀ ਹੈ ਇਹ ਜੱਸਾ ਜਿੱਤੇ 2100 ਬੁੱਧ ਸਿੰਘ ਬਾਜਵਾ ਬੁੱਧ ਸਿੰਘ ਜੀ ਬਾਜਵਾ ਜੀ ਜੱਸਾ ਜਿੱਤਾ 2100 ਰੁਪਏ ਦਿੱਤਾ ਜਾਣਾ ਹੈ ਬੁੱਧ ਸਿੰਘ ਜੀ ਬਾਜਵਾ ਵੱਡਾ ਪਿਆਰ ਵੱਡਾ ਮਾਣ ਕਹਿੰਦੇ ਜੱਸੇ ਦੀ ਖੇਡ ਤੇ ਕਰਦੇ ਹੈ ਜੇ ਜੱਸਾ ਜਿੱਤ ਗਿਆ ਲੈ ਵੀ ਜੱਸਿਆ ਔਰ ਰੁਪਿਆ ਤੇ ਮੈਨੂੰ ਲੱਗਦਾ ਵੀ 20,000 ਦੇ ਨੇੜੇ ਤੇੜੇ ਲੱਗ ਗਿਆ ਹੈ ਰੁਪਿਆ ਤੇ ਕਹਿੰਦੇ 20,000 ਦੇ ਨੇੜੇ ਤੇੜੇ ਲੱਗ ਗਿਆ ਆਹ ਵੱਡੇ ਮਾਣ ਹੋਣ ਗਿਆ ਵੀ ਕਿੱਦੂ ਤੇ ਕੰਬਲ ਨਹੀਂ ਫਿਰਦਾ ਜੋਗਾ ਮੇਰਾ ਵੀ ਧਿਆਨ ਰੱਖੀ ਵੋਟਡ ਪੈਸੋ ਇਸੋ 2000 ਨੰਬਰ 13-18 ਹੋ ਗਿਆ ਵੀ ਮੇਰਾ ਵੀਰ ਜਿਹੜਾ ਜਿਹੜਾ ਵੀਰ ਕੰਬਲ ਲੈ ਕੇ ਗਿਆ ਮੈਂ ਕੰਬਲ ਫੋੜ ਦੇ ਫੋੜ ਵਾਸਤੇ 13-18 ਹਾਂ ਕਰਦੇ ਵੱਡੇ ਆ ਹਾਂ ਇਹ ਕੰਬਲ ਜ਼ਰੂਰ ਦੇ ਦਿਓ ਕੰਮ ਆ ਸਕਦੇ ਵੀ ਗੱਬੂ ਹਾਂ ਨਹੀਂ ਮੈਂ ਜੋ ਛੁੱਗਿਆ ਨਾ ਉਹ ਵੀ ਆ ਸਕਦੇ ਆ ਤੈਨੂੰ ਵੀ ਆਊਗਾ ਹਾਂ ਕੰਬਲ ਵਾਲਾ ਵੀ ਚੇਤੇ ਰੱਖ ਹਾਂ ਕਰਕੇ ਵੀ ਕੰਬਲ ਜ਼ਰੂਰ ਦੇ ਕੇ ਜਾਇਓ ਭਰਾਵੜ ਦਾ ਲੈ ਜਿਹੜਾ ਮਰਜ਼ੀ ਖਿਡਾਰੀ ਦਰਸ਼ਕ ਲੈ ਲਓ ਕੋਈ ਚੱਕਰ ਨਹੀਂ ਵਾਰੀ ਵਾਲਾ ਵੀ ਜੋ ਜੇ ਤੂੰ ਕੰਬਲ ਲੈ ਗਿਆ ਨਾ ਸੁਣ ਵੀਰ ਪੈਸਾ ਜਿਹੜਾ ਡੱਲ ਦੇਣਾ ਕਿ ਗੁਗਾ ਧਿਆਨ ਰੱਖੀ ਥੋੜ੍ਹਾ ਰਿਹਾ ਕਰਜੇ ਵੱਡੇ ਆ ਹਾਂ ਕਿਉਂਕਿ ਨਹਿਰੀ ਵਿਭਾਗ ਦੇ ਵਿੱਚ ਕਹਿੰਦੇ ਨਹਿਰੀ ਵਿਭਾਗ 'ਚ ਵੱਡੀਆਂ ਜੋਬਾਂ ਨੇ ਕਹਿੰਦੇ ਜੱਸੇ ਦੇ ਗੱਗੂ ਦੀਆਂ ਮੇਰੇ ਵੀਰੇ ਵੱਡੀ ਜੋਬ ਨਹਿਰੀ ਵਿਭਾਗ 'ਚ ਚਰਜੇ ਵੱਡੇ ਹੁੰਦੇ ਆ
ਲੈ ਗੁਰੀ ਧੌਲ ਮਾਰੇ ਵਾਲਾ ਇੱਧਰ ਵੀ ਕਹਿੰਦੇ ਇੱਕ ਦੋ ਨੰਬਰਾਂ ਦੀ ਖੇਡ ਬਾਕੀ ਹੈ ਵਾਲ ਟਿੱਬੇ ਵਾਲਿਆ ਇਹਨੂੰ ਕਿਸਮਤ ਕਹਿੰਦੇ ਹੈ ਵਾਲ ਵੀ ਕਹਿੰਦੇ ਉੱਪਰੋਂ ਮੁੜ ਗਈ ਹੈ ਗੱਲਾਂ ਕਿਸਮਤ ਦੀਆਂ ਲਓ ਕਹਿੰਦੇ ਠੂਲੀ ਵਾਲੀ ਹੈ ਸਨੀ ਫਿਰ ਤਿਆਰ ਹੈ ਜ਼ਿਲ੍ਹੇ ਬਰਨਾਲੇ ਦਾ ਖੜਾ ਦੀ ਸਰਵੇ ਕਰਨ ਦੇ ਲਈ ਮਿੱਠੂ ਦਾ ਪਿੰਡ ਹੈ ਗੱਲਾਂ ਕਹਿੰਦੇ ਠੂਲੀ ਵਾਲੀ ਜੱਸੀ ਦੀਆਂ ਆਉਂਦੀਆਂ ਆਰਸਦੀਪ ਸਹਿਵਾਜਪੁਰਾ ਰਹਿੰਦਾ ਯੂਐਸਏ ਦੇ ਵਿੱਚ ਉਹ ਕਹਿੰਦਾ ਵੀ ਸੱਤਾ ਜੀ ਅੱਜ ਬੈਸਟ ਰਹਿੰਦਾ ਹੈ ਸੱਤੇ ਦਾ ਪਾਕ 11,111 ਰੁਪਇਆ ਦਾ ਆਪਾਂ ਕਰ ਦਿਆਂਗੇ ਆਰਸਦੀਪ ਸਹਿਵਾਜਪੁਰੇ ਵਾਲਾ ਰਹਿੰਦਾ ਯੂਐਸਏ ਜੀ ਕਹਿੰਦਾ ਜੀ ਇੰਤਜ਼ਾਰ ਕਰਨਾ ਪੈਣਾ ਫਿਰ ਪਤਾ ਲੱਗਣਾ ਵੀ ਕਿਹੜੇ ਕਿਹੜੇ ਮੁੰਡੇ ਅੱਜ ਦੇ ਮੇਲੇ ਦੇ ਬੈਸਟ ਹੈ ਯੂਕੇ ਹਰਸਦੀਪ ਯੂਕੇ ਰਹਿੰਦਾ ਸਾਡਾ ਵੀਰ ਉਹ ਭਰਾ ਵੱਡੀ ਉਹ ਸੱਤੇ ਦੇ ਲਈ 11,111 ਰੁਪਏ ਹੋਣਗੇ ਅੱਜ ਦੇ ਮੇਲੇ ਦਾ ਸੱਤਾ ਬੈਸਟ ਰਹਿੰਦਾ ਵਾਕਈ ਚਰਚੇ ਵੱਡੇ ਉੱਧਰ ਵੱਡਾ ਧੰਨਵਾਦ PMS ਸਾਈਂ ਟੈਂਟ ਹਾਊਸ ਕਹਿੰਦੇ ਸਗਾਲੇ ਵਾਲਿਆਂ ਦਾ ਜਿਨ੍ਹਾਂ ਨੇ ਫ੍ਰੀ ਸੇਵਾ ਕੀਤੀ ਰੋਡ ਕਹਿੰਦੇ ਧੂਰੀ ਵਾਲੇ ਤੇ ਕਹਿੰਦੇ ਵੱਡੀ ਦੁਕਾਨ ਹੈ ਮੇਰੇ ਵੀਰੇ ਉੱਪਰ ਵੱਡਾ ਕੰਮ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੈ ਵੀ ਇਸੇ ਪਿੰਡ ਦਾ ਮਾਣ ਹੈ ਭੈਣੀ ਦੇ ਸਾਡੇ ਵੀਰ BMS ਸਾਈਂ ਜੀ ਟੈਂਟ ਹਾਊਸ ਹੈ ਗੱਗੀ ਸਾਡਾ ਵੀਰ ਹੈ ਲੈ ਵੀ ਯਾਰ ਇਹ ਵੀਰ ਦੇ ਵੱਲੋਂ ਜਿਹੜੀ ਟੈਂਟ ਦੀ ਸੇਵਾ ਸਾਰੀ ਫ੍ਰੀ ਇੱਕ ਵਾਰੀ ਤਾੜੀ ਮਾਰਦੇ ਟੈਂਟ ਵਾਲੇ ਵੀਰ ਦੇ ਲਈ ਜੀ ਹਾਂ ਸੋਨੀ ਉੱਧਰ ਜੱਸੀ ਜਵੰਦਾ ਇਸ ਭਰਾ ਦੀ ਟੀਮ ਕਹਿੰਦੇ ਖੇਡ ਰਹੀ ਹੈ ਹਿੰਮਤਾਣਾ ਉਹ ਵੀ ਭਰਾ ਕਹਿੰਦੇ ਆਸਟ੍ਰੇਲੀਆ ਤੋਂ ਲੈਵ ਜੁੜਿਆ ਹੋਇਆ ਹੈ ਵੱਡੀਆਂ ਸਪੋਰਟਾਂ ਟੀਮਾਂ ਦੇ ਲਈ ਖਿਡਾਰੀਆਂ ਦੇ ਲਈ ਵੱਡੀਆਂ ਸਪੋਰਟਾਂ ਫੁੱਲੀ ਵਾਲੀਆਂ ਸਨੀ ਝੁਕਦਾ ਹੈ ਬਾਲਾ ਫੜਦਾ ਵਿੱਚ ਮੈਦਾਨਾਂ ਦੇ ਬੱਬਰ ਸੇਰ ਲੱਗਦਾ ਹੈ ਬੱਬਰ ਸੇਰ ਵਰਗੀ ਦਿੱਖ ਹੈ ਮੁੰਡੇ ਦੀ ਉਹ ਫੁੱਲੀ ਵਾਲੀਆਂ ਸਨੀ ਜੋੜੀ ਕਹਿੰਦੇ ਹਿੰਟ ਹੈ ਮੁੰਡਿਆਂ ਦੀ ਲੈ ਵੀ ਉੱਧਰੋਂ ਕਹਿੰਦੇ ਜੱਸੀ ਜਵੰਦ ਆਸਟ੍ਰੇਲੀਆ ਵਾਲਾ ਮੇਰੇ ਮਿੱਤਰੋ ਹਰ ਇੱਕ ਵਾਲੀਬਾਲ ਦੇ ਇਨਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲਾ ਭਰਾ ਹੈ ਮੇਰੇ ਵੀਰੇ ਔਖੇ ਟਾਈਮ ਹਰ ਇੱਕ ਵੀਰ ਦੇ ਨਾਲ ਖੜਦਾ ਕਹਿੰਦੇ ਜੱਸੀ ਜਵੰਦਾ ਆਸਟ੍ਰੇਲੀਆ ਦਾ ਭਰਾ ਸਾਡਾ ਕਹਿੰਦੇ ਲਾਈਵ ਜੁੜਿਆ ਬੈਠਾ ਬਹੁਤ ਬੜਾ ਧੰਨਵਾਦ ਹੈ ਇਹ ਇਲਾਕੇ ਦਾ ਕਹਿੰਦੇ ਟੌਪ ਦਾ ਖਿਡਾਰੀ ਹੈ ਪਰ ਅੱਜ ਕੱਲ੍ਹ ਕਹਿੰਦੇ ਆਸਟ੍ਰੇਲੀਆ ਦੀ ਧਰਤੀ ਦੇ ਤਗੜਾ ਪ੍ਰੋਫੈਸ਼ਨ ਹੁੰਦਾ ਮੁੰਡੇ ਦਾ ਹਰਮਨਦੀਪ ਜਿੱਤ ਮੈਨੂੰ ਲੱਗਦਾ ਵੀ ਯਕੀਨ ਦੇ ਵਿੱਚ ਬਦਲਦੀ ਜਾਂਦੀ ਹੈ ਫਰਕ ਥੋੜਾ ਹੀ ਰਹਿ ਗਿਆ ਵੀ ਦੱਸੋ ਫਰਕ ਕਿੰਨਾ ਹੈ ਪਰ ਨੈਟ ਮੈਨ ਕਹਿੰਦੇ ਗਲਤੀ ਕਰ ਗਿਆ ਹੈ 16-13 ਫੇਰ ਚੇਂਜ ਆਵਰੀ ਵਰਿੰਦਰ ਕਿੰਨੇ ਨੰਬਰ ਹੈ ਉਧਰ ਲਾਸਟ ਆ ਇਧਰ ਮੇਰੇ ਹਿਸਾਬ ਨਾਲ 13 ਹੋਣਗੇ 17 ਦੀ ਗੇਮ ਹੈ 19 ਦੀ 18 ਨੇ ਉਧਰ 18-13 ਤੇ ਕਹਿੰਦੇ 13 ਦਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ 18 ਜਿਹੜੇ ਨੰਬਰ ਚਿਹਰੇ ਵਾਲੀਆਂ ਦੇ ਹੈ ਤੇ 13 ਨੰਬਰ ਹੈ ਮਰਦਾ ਏੜੀ ਦੇ 3:01 ਦਾ ਸਮਾਂ ਕਹਿੰਦੇ ਘੜੀ ਤੇ ਹੋ ਗਿਆ 3:01 ਦਾ ਸਮਾਂ ਘੜੀ ਤੇ ਹੋ ਚੁੱਕਿਆ ਹੈ ਇਹਦੇ ਬਾਅਦ ਇੱਕ ਫਾਈਨਲ ਮੈਚ ਆਪਣੇ ਕੋਲੇ ਬਾਕੀ ਹੈ ਬਾਬੇ ਨੇ ਬੋਲ ਪੈਣਾ
ਇੱਕ ਫਾਈਨਲ ਮੈਚ ਕਹਿੰਦੇ ਤੋਂ ਬਾਅਦ ਬਾਕੀ ਹੈ। ਬੜੇ ਸੋਹਣੇ ਮੁਕਾਬਲੇ ਅੱਜ ਭੈਣੀ ਕਲਾਂ ਦੀ ਧਰਤੀ ਬੜੀ ਪਾਵਨ ਅਤੇ ਪਵਿੱਤਰ ਧਰਤੀ ਹੈ। ਖੇਡਾਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ ਇਸ ਨਗਰ ਦਾ। ਇੱਕ ਮੈਚ ਤੋਂ ਬਾਅਦ ਬਾਕੀ, ਦੋ ਦੋ ਨੰਬਰਾਂ ਦੀ ਖੇਡ ਕਹਿੰਦੇ ਬਾਕੀ ਹੈ। ਦੋਨੋਂ ਪਾਸੇ ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਹ ਕਹਿੰਦੇ ਦੋ ਨੰਬਰ ਹੋਰ ਲਾ ਕੇ ਮਰਦਾ ਏੜੀ ਵਾਲੇ, ਫਿਰ ਗੱਲਾਂ ਹੋਰ ਚੈਣੇ ਵਾਲ ਦੀ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਹੈ। ਚੈਣੇ ਵਾਲੀਏ ਮੁੰਡੇ 3:02 'ਤੇ ਫਾਈਨਲ ਦੀ ਟਿਕਟ ਮਿਲ ਗਈ ਹੈ ਮੁੰਡਿਆਂ ਨੂੰ। ਚੈਣੇ ਵਾਲੀਏ ਮੁੰਡੇ ਫਾਈਨਲ 'ਚ ਪੁੱਜ ਗਏ ਹੈ।